ਮੈਨੂੰ ਮਾਣ ਪੰਜਾਬੀ ਬੋਲੀ 'ਤੇ ਜਿਹੜੀ ਦੁਨੀਆ ਉੱਤੇ ਛਾਈ ਹੋਈ ਹੈ ਮੈਨੂੰ ਮਾਣ ਪੰਜਾਬੀ ਬੋਲੀ 'ਤੇ ਜਿਹੜੀ ਦੁਨੀਆ ਉੱਤੇ ਛਾਈ ਹੋਈ ਹੈ ਪੰਜਾਬੀ ਜਿੱਥੇ ਵੀ ਕਿਧਰੇ ਜਾ ਬੈਠੇ ਉਹਨਾਂ ਵੱਖਰੀ ਟੌਹਰ ਬਣਾਈ ਹੋਈ ਹੈ। ਟੌਹਰ ਬਣੇ ਵੀ ਕੋਈ ਕਿਉਂ ਨਾ, ਟੌਹਰ ਬਣੇ ਵੀ ਕਿਉਂ ਨਾ, ਕਿਉਂਕਿ ਐਸਾ ਕੋਈ ਨਾ ਡਿੱਠਾ ਜਹਾਨ ਅੰਦਰ ਜਿਹਦਾ ਪੰਜਾਬੀਆਂ ਵਰਗਾ ਦਿਲ ਹੋਵੇ। ਇਹ ਹਰ ਜੰਗ ਜਿੱਤਣੀ ਜਾਣਦੇ ਨੇ, ਚਾਹੇ ਦਿਲ ਹੋਵੇ ਚਾਹੇ ਕਾਰਗਿਲ ਹੋਵੇ। ਕੱਚੇ ਕੱਚ ਉੱਪਰ ਤੁਰਨਾ ਜਾਣਦੇ ਨੇ, ਖੁਸ਼ ਹੁੰਦੇ ਨੇ ਆਪਣੇ ਚਰਚਿਆਂ 'ਤੇ। ਠੇਕੇ ਅੰਬੈਸੀਆਂ ਅਤੇ ਜਹਾਜ਼ ਬਹੁਤੇ ਕਹਿੰਦੇ ਚੱਲਦੇ ਨੇ ਪੰਜਾਬੀਆਂ ਦੇ ਖਰਚਿਆਂ 'ਤੇ, ਕਹਿੰਦੇ ਚੱਲਦੇ ਨੇ ਪੰਜਾਬੀਆਂ ਦੇ ਖਰਚਿਆਂ 'ਤੇ। ਜੀ ਹਾਂ, ਪੰਜਾਬੀਆਂ ਦੀ ਗੱਲ ਪੰਜਾਬੀ ਵਿੱਚ ਕਰਨ ਵਾਸਤੇ ਮੈਂ ਇੱਕ ਵਾਰ ਫਿਰ ਹਾਜ਼ਰ ਹਾਂ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਜ਼ਾਇਨੂ ਜਲਵੇ ਜੱਗੀ ਦੇ ਵਿੱਚ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਾਫੀ ਵਾ ਵੇੜਾ ਰੌਲਾ ਰੱਪਾ ਬਹੁਤ ਜ਼ਿਆਦਾ ਚੱਲ ਰਿਹਾ ਗੁਰਦਾਸ ਮਾਨ ਦੇ ਖਿਲਾਫ। ਕੁਛ ਚੰਗਾ ਕਹਿ ਰਹੇ ਨੇ, ਕੁਛ ਮਾੜਾ ਕਹਿ ਰਹੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਗਾਇਕੀ ਨੂੰ ਪੰਜਾਬ ਤੋਂ ਬਾਹਰ ਲਿਆਉਣ ਵਾਲਾ ਗੁਰਦਾਸ ਮਾਨ ਹੈ। ਅਗਰ ਗੱਲ ਕਰੀਏ 84 ਦੀ, 84 ਦੇ ਵਿੱਚ ਸ਼ੋਅ ਨਾ ਕਰਨ ਵਾਲਾ ਅਤੇ ਪੈਸੇ ਭਰਨ ਵਾਲਾ ਪ੍ਰਮੋਟਰ ਨੂੰ ਗੁਰਦਾਸ ਮਾਨ ਹੈ। ਅਗਰ ਗੱਲ ਕਰੀਏ ਉਹਨਾਂ ਦੇ ਫਾਦਰ ਦੀ ਡੈਥ ਹੋਈ ਸੀਗੀ, ਉੱਧਰੋਂ ਭੋਗ ਚੱਲ ਰਿਹਾ ਸੀ ਇੰਡੀਆ ਦੇ ਵਿੱਚ, ਅਤੇ ਉੱਧਰੋਂ ਟੋਰਾਂਟੋ ਦੇ ਵਿੱਚ ਪ੍ਰੋਗਰਾਮ ਕਰ ਰਿਹਾ ਸੀਗਾ, ਉਹ ਵੀ ਗੁਰਦਾਸ ਮਾਨ ਹੈ। ਪਰ ਸਿਆਣੇ ਕਹਿੰਦੇ ਆ ਵੀ ਰੱਬ ਨਾ ਘਸੁੰਨ ਤੇ ਨਾ ਲੱਤ ਮਾਰਦਾ, ਜਦੋਂ ਕਦੇ ਮਾਰਦਾ ਉਹ ਮੱਤ ਮਾਰਦਾ। ਅਤੇ ਜਦੋਂ ਉਹਨੇ ਕਿਸੇ ਨੂੰ ਚੰਗਾ ਜਾਂ ਮਾੜਾ ਕਿਸੇ ਨੂੰ ਜਸ ਦਿਵਾਉਣਾ ਤਾਂ ਉਸ ਹਿਸਾਬ ਨਾਲ ਉਹਦਾ ਢੋ ਮੇਲਾ ਬਣ ਜਾਂਦਾ, ਅਤੇ ਜੇ ਕਿਸੇ ਨੂੰ ਟਿਕਾਣੇ ਸਿਰ ਲਿਆਉਣਾ ਤਾਂ ਉਸ ਹਿਸਾਬ ਦਾ ਢੋ ਮੇਲਾ ਬਣ ਜਾਂਦਾ। ਮੈਂ ਇੱਥੇ ਇਹ ਗੱਲ ਕਹੂੰਗਾ, ਬਾਕੀ ਗੱਲਾਂ ਪਤਾ ਚਲੋ ਤੁਸੀਂ ਵੀ ਫੋਨ ਕਰਕੇ ਕਰ ਲਿਓ, ਅੱਜ ਮੁੱਦਾ ਦੇ ਵਿੱਚ ਵੀ ਅਸੀਂ ਸਾਰੇ ਇਹੀ ਚੱਲਦਾ। ਮੈਂ ਇਹ ਗੱਲ ਕਹੂੰਗਾ ਉੱਪਰੀ ਉੱਪਰੋਂ ਥੱਲੀ ਦੋ ਚੀਜ਼ਾਂ ਹੋਣ ਦੇ ਨਾਲ ਇੱਕ ਗੱਲ ਬੜੀ ਵਧੀਆ ਹੋਈ ਹੈ। ਉੱਪਰੋਂ ਥੱਲੀ ਦੋ ਚੀਜ਼ਾਂ ਕਿਹੜੀਆਂ? ਇੱਕ ਤਾਂ ਅਮਿਤ ਸ਼ਾਹ ਦਾ ਬਿਆਨ, ਠੀਕ ਹੈ, ਉਦੋਂ ਬਾਅਦ ਇੱਕ ਹੁਕਮ ਚੰਦ ਦਾ ਬਿਆਨ, ਉੱਪਰੋਂ ਥੱਲੀ ਤੀਜਾ ਇਹ ਗੁਰਦਾਸ ਮਾਨ ਦਾ ਬਿਆਨ। ਚੰਗੀ ਗੱਲ ਕਿਹੜੀ ਹੋਈ ਹੈ ਨਾ ਭਲਾ? ਚੰਗੀ ਗੱਲ ਇਹ ਹੋਈ ਹੈ ਲੋਕ ਜਾਗ ਗਏ, ਲੋਕ ਅਵੇਅਰ ਹੋ ਗਏ ਵੀ ਇਹ ਚੀਜ਼ਾਂ ਹੋ ਸਕਦੀਆਂ। ਜੇ ਅਸੀਂ ਆਪ ਹੀ ਅਸੀਂ ਕਹਿੰਦੇ ਕਿ ਸਾਡੀ ਬੋਲੀ ਜਿਹੜੀ ਹੈ ਪੰਜਾਬੀ ਮਾਂ ਬੋਲੀ ਨਹੀਂ ਚਾਹੀਦੀ, ਦੂਜੀ ਚਾਹੀਦੀ ਹੈ, ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਬਹੁਤ ਵੱਡੀ ਗੜਬੜ ਹੈ। ਸੋ ਮੈਂ ਤਾਂ ਕਹਿੰਦਾ ਅਮਿਤ ਸ਼ਾਹ ਦਾ ਹੀ ਪਹਿਲਾਂ ਧੰਨਵਾਦ ਕਰੀਏ, ਭਰਾ ਤੋਂ ਚੰਗਾ ਕੀਤਾ, ਮਾੜੀਆਂ ਮੋਟੀਆਂ ਅੱਖਾਂ ਖੋਲਤੀਆਂ ਸਾਡੀਆਂ ਪੰਜਾਬੀਆਂ ਦੀਆਂ, ਹੁਣ ਜਾਗ ਜਾਣਗੇ। ਅਤੇ ਜਾਗਿਆ ਹੋਇਆ ਸ਼ੇਰ ਤਾਂ ਪੰਜਾਬੀ ਕਹਿੰਦੇ ਫਿਰ ਕਿਸੇ ਨੂੰ ਕੁਛ ਨਹੀਂ ਮੰਨਦਾ ਹੈਗਾ, ਪੰਜਾਬੀ ਮਾਂ ਬੋਲੀ ਨੂੰ ਕੁਛ ਨਹੀਂ ਹੁੰਦਾ, ਪੰਜਾਬੀ ਮਾਂ ਬੋਲੀ ਚੜ੍ਹਦੀ ਕਲਾ ਰਹਿਣੀ ਆ। ਸੋ ਆਪਾਂ ਜਿਹੜੀ ਅੱਜ ਗੱਲਬਾਤ ਕਰਨੀ ਹੈ, ਚਲੋ ਪੰਜਾਬੀ ਦੀ ਵੀ, ਪੰਜਾਬੀ ਦੀ ਆਪਾਂ ਤਾਂ ਕਰਦੇ ਹੀ ਸ਼ੁਰੂ ਤੋਂ ਪੰਜਾਬੀ ਦੇ ਵਿੱਚ, ਜਿਉਂ 1990-91 ਤੋਂ ਕੈਸਟਾਂ ਆਉਣੀਆਂ ਸ਼ੁਰੂ ਹੋਈਆਂ, ਪੰਜਾਬੀ 'ਚ ਹੀ ਗੱਲ ਕਰੀਦੀ ਹੈ, ਪੰਜਾਬੀ ਦੇ ਵਿੱਚ ਹੀ ਵਿਚਰੀਦਾ, ਪੰਜਾਬੀਆਂ ਦੇ ਵਿੱਚ ਹੀ ਵਿਚਰੀਦਾ। ਪਰ ਸਾਨੂੰ ਜੇ ਇਹ ਬੋਲੀ ਬਖਸ਼ੀ ਹੈ, ਬੇਸ਼ੱਕ ਇਹ ਬੋਲੀ ਸੰਸਕ੍ਰਿਤ ਜਾਂ ਫਾਰਸੀਆਂ ਦੇ ਵਿੱਚੋਂ, ਫਾਰਸੀ ਜਾਂ ਸੰਸਕ੍ਰਿਤ ਦੇ ਵਿੱਚੋਂ ਵਾਲੀਆਂ ਬੋਲੀਆਂ ਨਿਕਲੀਆਂ ਨੇ, ਪਰ ਜਿਹੜੀ ਬੋਲੀ ਹੈਗੀ ਹੈ, ਜਿਹੜੇ ਵੀ ਸਟੇਟ ਦੀ ਹੈਗੀ ਹੈ, ਸੂਬੇ ਦੀ ਬੋਲੀ ਹੈਗੀ ਆ, ਉਹਦੇ ਵਾਸਤੇ ਉਹ ਸਿਰ ਦਾ ਤਾਜ ਹੈ ਬੋਲੀ। ਜਿਹੜੇ ਮੰਨਦੇ ਨੇ, ਜਿਹੜੇ ਨਹੀਂ ਮੰਨਦੇ ਉਹਨਾਂ ਦੀ ਮਰਜ਼ੀ ਹੈ। ਚਲੋ ਆਪਾਂ ਪੰਜਾਬੀ ਬੋਲੀ ਦੀ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ, ਪਰ ਨਾਲ ਦੀ ਨਾਲ ਗੀਤ ਸੰਗੀਤ ਦੀ ਗੱਲ ਹੈ ਵੀ ਆਪਾਂ ਪੰਜਾਬੀ ਦੀ ਕਰੀ ਦੀ ਹੈ। ਅਤੇ ਪੰਜਾਬੀ ਦੇ ਵਿੱਚ ਗੀਤ ਸੰਗੀਤ ਦੀ ਗੱਲ ਜਾਂ ਸੁਨਹਿਰੀ ਸਫ਼ਰ ਦੀ ਗੱਲ ਜਿਹੜੀ ਹੈ, ਉਹ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਮੈਂ ਚਾਹੁੰਦਾ, ਦਿਲਸ਼ਾਦ ਅਖਤਰ ਦੀ। ਮੇਰੇ ਮੂੰਹ ਗੁਰਦਾਸ ਮਾਨ ਨਿਕਲ ਚੱਲਿਆ ਸੀ, ਦਿਲਸ਼ਾਦ ਅਖਤਰ। ਦਿਲਸ਼ਾਦ ਅਖਤਰ ਇੱਕ ਐਸੇ ਗਾਇਕ ਹੋਏ ਨੇ ਬਹੁਤ ਵਧੀਆ, ਜਾਣੀ ਕਿ ਪਰਿਵਾਰ ਦੇ ਵਿੱਚੋਂ ਪੀੜ੍ਹੀਆਂ ਦਰ ਪੀੜ੍ਹੀਆਂ ਉਹਨਾਂ ਨੂੰ ਗਾਇਕੀ ਜਿਹੜੀ ਵਿਰਸੇ 'ਚੋਂ ਮਿਲੀ ਸੀ, ਵਿਰਸੇ 'ਚੋਂ ਵੀ ਬਾ ਕਮਾਲ ਗਾਇਕੀ। ਇਹ ਨਹੀਂ ਕਿ ਆਮ ਚਲੋ ਜਿਹੜੇ ਅੱਜ ਕੱਲ੍ਹ ਦੇ ਸਿੰਗਰ ਹੈਗੇ ਤਾਂ ਉਹਨਾਂ ਦੇ ਵਿੱਚੋਂ ਗਾਂਹ ਅੱਗੇ ਕੋਈ ਤੋਰ ਤੁਰੀ ਹੈ। ਕੀੜੇ ਖਾਂ ਸ਼ੌਕੀਨ ਸੀਗੇ, ਜਾਣਦੇ ਹੋਣਗੇ ਸਾਡੇ ਪੁਰਾਣੇ ਜਿਹੜੇ ਦਰਸ਼ਕ ਹੈਗੇ ਨੇ, ਕੀੜੇ ਖਾਂ ਸ਼ੌਕੀਨ ਪਟਿਆਲੇ ਘਰਾਣੇ ਦੇ, ਪਟਿਆਲਾ ਘਰਾਣੇ ਦੇ ਵਿੱਚ ਕੋਈ ਬਾਹਲੀ ਪੁਰਾਣੀ ਗੱਲ ਨਹੀਂ ਕਹਿ ਸਕਦੇ ਆਪਾਂ। ਆਹ ਜਾਣੀ ਕਿ ਸੁਰਿੰਦਰ ਕੌਰ, ਨਰਿੰਦਰ ਬੀਬਾ, ਜਦੋਂ ਜਿਸ ਬੈਚ ਦੀਆਂ ਇਹ ਹੈਗੀਆਂ ਨੇ ਗਾਇਕਾਵਾਂ, ਉਸ ਬੈਚ ਦੇ ਵਿੱਚ ਹੀ ਉਹ ਇਹਨਾਂ ਗਾਇਕਾਵਾਂ ਦੇ ਨਾਲ ਡਿਊਟ ਵੀ ਗਾਉਂਦੇ ਰਹੇ ਨੇ, ਸ਼ੌਕੀਨ, ਕੀੜੇ ਖਾਂ ਸ਼ੌਕੀਨ, ਦਿਲਸ਼ਾਦ ਅਖਤਰ ਦੇ ਫਾਦਰ ਸਾਹਿਬ। ਅਤੇ ਇਹ ਸਾਰੇ ਜਿਹੜੇ ਹੈਗੇ ਨੇ, ਦਿਲਸ਼ਾਦ ਅਖਤਰ ਦਾ ਮੈਂ ਅੱਜ ਤਾਂ ਸਾਂਝਾ ਕੀਤਾ ਵੀ ਗਾਇਕ ਬੜਾ ਵਧੀਆ ਸੀ। ਦੂਜਾ ਇਹ ਹੋਇਆ ਕਿ ਇਹ ਦਿਲਸ਼ਾਦ ਅਖਤਰ ਦੇ ਨਾਲ ਵੀ ਉਹ ਹੀ ਹਾਦਸਾ ਵਾਪਰਿਆ ਜੋ ਵਰਿੰਦਰ ਨਾਲ ਵਾਪਰਿਆ, ਪਰ ਵਰਿੰਦਰ ਦਾ ਔਰ ਦਿਲਸ਼ਾਦ ਅਖਤਰ ਦਾ ਥੋੜ੍ਹਾ ਜਿਹਾ ਫਰਕ ਸੀਗਾ।
ਦਿਲਸ਼ਾਦ ਅਖਤਰ ਦੇ ਬਰਥ ਦੀ ਗੱਲ ਕਰੀਏ ਤਾਂ 1966 ਦੇ ਵਿੱਚ ਜਨਮ ਹੋਇਆ, ਗਿਲਜੇ ਵਾਲਾ ਪਿੰਡ ਪੈਂਦਾ ਕੋਟਕਪੂਰੇ ਕੋਲੇ, ਉਦੋਂ ਬਾਅਦ ਪਟਿਆਲੇ ਆ ਗਏ ਸੀ ਸਾਰੇ। ਅਤੇ ਦੂਜੀ ਗੱਲ ਅਗਰ ਕਰੀਏ ਤਾਂ 1980 ਕੁ ਤੋਂ ਲੈ ਕੇ ਅਤੇ 1990 ਤੱਕ ਤਾਂ ਬਾਹਲੀ ਚੜ੍ਹਾਈ ਰਹੀ ਹੈ 1990 ਤੱਕ। ਅਤੇ 91-92 ਦੇ ਵਿੱਚ ਅਸੀਂ ਮਾਰਕੀਟ ਦੇ ਵਿੱਚ ਆਏ ਸੀਗੇ ਭਗਵੰਤ ਮਾਨ ਹੋਣ ਨਾਲ, ਮੈਂ ਜਦੋਂ ਅਸੀਂ ਸਾਡੀਆਂ ਕੈਸਟਾਂ ਆਈਆਂ, ਅਤੇ 91-92 ਤੋਂ ਬਾਅਦ ਚੰਗੀ ਚੜ੍ਹਾਈ ਸੀ ਦਿਲਸ਼ਾਦ ਅਖਤਰ ਦੀ, ਅਤੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਹੋਣ ਦਾ ਵੀ ਸਬੱਬ ਬਣਿਆ। 1996 ਤੱਕ ਉਹਨਾਂ ਨੂੰ ਗੋਲੀ ਲੱਗਣ ਤੋਂ ਪਹਿਲਾਂ, ਗੋਲੀ ਲੱਗਣ ਤੋਂ ਨਹੀਂ ਗੋਲੀ ਮਾਰਨ ਤੋਂ ਪਹਿਲਾਂ, ਗੋਲੀ ਲੱਗਦੀ ਤਾਂ ਉਹ ਹੁੰਦੀ ਨਾ ਜਿਹੜੀ ਅਚਨਚੇਤ ਲੱਗ ਜਾਏ, ਗਲਤੀ ਨਾ ਲੱਗ ਜਾਏ, ਇਹ ਬਕਾਇਦਾ ਗੋਲੀ ਮਾਰੀ ਗਈ ਸੀ 28 ਜਨਵਰੀ 1996 ਨੂੰ। ਅਤੇ ਇਹ ਕਿਹਨੇ ਮਾਰੀ ਸੀ, ਕਿਵੇਂ ਹੋਇਆ ਸੀ, ਬੜੀ ਬੜੀ ਦਰਦਨਾਕ ਜੀ ਕਹਾਣੀ ਹੈ। ਪਰ ਮੁੱਕਦੀ ਗੱਲ ਇਹ ਹੈ ਕਿ ਇਹੋ ਜਿਹੀਆਂ ਕਹਾਣੀਆਂ ਅਕਸਰ ਪੰਜਾਬ ਦੇ ਵਿੱਚ ਹੁੰਦੀਆਂ ਰਹਿੰਦੀਆਂ ਅਤੇ ਨਿਬੜਦੀਆਂ ਰਹਿੰਦੀਆਂ, ਰਫਾ ਦਫਾ ਇੱਧਰ ਉੱਧਰ ਹੁੰਦੀਆਂ ਰਹਿੰਦੀਆਂ। ਚਲੋ ਦਿਲਸ਼ਾਦ ਅਖਤਰ ਦੇ ਬੜੇ ਪਿਆਰੇ ਗੀਤ ਮੈਂ ਅੱਜ ਤੁਹਾਡੇ ਨਾਲ ਸਾਂਝੇ ਕਰਨੇ, ਬੇਸ਼ੱਕ ਕੁਆਲਿਟੀ ਬਾਹਲੀ ਵਧੀਆ ਮੈਨੂੰ ਨਹੀਂ ਮਿਲੀ। ਪਹਿਲਾ ਗੀਤ ਜਿਹੜਾ ਮੈਂ ਸਾਂਝਾ ਕਰਨਾ, ਮੈਂ ਇੱਕ ਹੋਰ ਚੀਜ਼ ਜਿਹੜੀ ਦਿਲਸ਼ਾਦ ਅਖਤਰ ਦੀ ਮੈਂ ਸਮਝਦਾ ਚੰਗੀ ਗੱਲ ਮੈਨੂੰ ਲੱਗੀ ਸੀ, ਬਾਅਦ 'ਚ ਪਰਦੇਸੀਆਂ ਦੇ ਗੀਤ ਬੜੇ ਆਏ ਨੇ, ਪਰਦੇਸੀਆਂ ਜੇ ਪਰਦੇਸੀਆਂ ਦੇ ਗੀਤ ਬੜੇ ਆਏ। ਮੇਰਾ ਖਿਆਲ ਸਭ ਤੋਂ ਪਹਿਲਾਂ ਅਗਰ ਪਰਦੇਸੀਆਂ ਦੀ ਗੱਲ ਕੀਤੀ ਸੀ ਤਾਂ ਉਹ ਦਿਲਸ਼ਾਦ ਅਖਤਰ ਨੇ ਕੀਤੀ ਸੀ। ਬਹੁਤ ਸਾਰੇ ਪਰਦੇਸੀਆਂ ਦੇ ਗੀਤ ਗਾਏ ਸੀ, ਵਤਨਾਂ ਤੋਂ ਆਇਆ ਤੇਰਾ ਖੱਤ ਪੜ੍ਹ ਕੇ, ਬਹੁਤ ਵਧੀਆ ਗੀਤ ਸੀਗਾ। ਕੋਸ਼ਿਸ਼ ਅਸੀਂ ਕਰ ਰਹੇ ਇੱਕ ਸਰਨਾਵੇਂ ਪ੍ਰੋਗਰਾਮ ਸ਼ੁਰੂ ਕਰਕੇ ਕਿ ਅਸੀਂ ਪੂਰੀ ਪੂਰੀ ਅੱਧੇ ਅੱਧੇ ਘੰਟੇ ਦੀ ਘੰਟੇ ਘੰਟੇ ਦੀ ਪੂਰੀ ਡਾਕੂਮੈਂਟਰੀ ਦਿਖਾਈਏ। ਪਰ ਦਿਲਸ਼ਾਦ ਅਖਤਰ ਦੀ ਅਗਰ ਗੱਲ ਚੱਲ ਰਹੀ ਹੈ ਤਾਂ ਚਾਰ ਭੈਣ ਭਰਾ ਸੀਗੇ, ਮਨਪ੍ਰੀਤ ਅਖਤਰ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਗੁਰਦਿੱਤਾ ਸੀ ਇਹਨਾਂ ਦਾ ਭਰਾ, ਅਤੇ ਇੱਕ ਭੈਣ ਜਿਹੜੀ ਸੀਗੀ ਉਹ ਸੀਗੀ ਵੀਰਪਾਲ। ਇਹ ਪਰ ਵੀਰਪਾਲ ਅਤੇ ਗੁਰਦਿੱਤੇ ਦੀ ਗੱਲ ਕਰੀਏ ਤਾਂ ਉਹ ਜ਼ਿਆਦਾ ਹਾਈਲਾਈਟ ਨਹੀਂ ਹੋਏ, ਇਹ ਦੋਨੋਂ ਮਨਪ੍ਰੀਤ ਅਖਤਰ ਦਿਲਸ਼ਾਦ ਅਖਤਰ ਪੂਰੇ ਹਾਈਲਾਈਟ ਹੋਏ ਨੇ। ਮਨਪ੍ਰੀਤ ਅਖਤਰ ਦੀ ਪਿੱਛੇ ਜੇ ਡੈਥ ਹੋਈ ਹੈ, ਜ਼ਿਆਦਾ ਲੰਬਾ ਸਮਾਂ ਨਹੀਂ ਹੋਇਆ, 2016 ਦੇ ਵਿੱਚ ਡੈਥ ਹੋਈ ਹੈ। ਜਾਂ ਇੱਕ ਇਹਨਾਂ ਦਾ ਹੋਰ ਭਰਾ ਤਾਂ ਇਹਦਾ ਮੁੰਡਾ ਸੰਦੀਪ ਅਖਤਰ ਅਗਰ ਜਾਣਦੇ ਹੋ, ਉਹ ਗਾਉਂਦਾ ਸੀ, ਉਹਦੀ ਵੀ 2011 ਦੇ ਵਿੱਚ ਡੈਥ ਹੋ ਗਈ ਸੀ। ਗੁਰੂ ਇਹਦੀ ਗੱਲ ਕਰੀਏ ਤਾਂ ਬਹੁਤ ਛੋਟੀ ਉਮਰ, 30 ਸਾਲਾਂ ਦੀ ਉਮਰ ਸੀਗੀ, ਪਰ ਸਿਹਤ ਦਾ ਬਹੁਤ ਭਾਰੀ ਸੀਗਾ, ਚੰਗੀ ਸਿਹਤ ਸੀ, ਐਨ ਚੰਗੀ ਲੱਗਦੀ ਸੀ ਪੂਰੀ ਸਿਹਤ। ਗਾਣਿਆਂ ਦੇ ਵਿੱਚ ਵੀ ਤੁਸੀਂ ਦੇਖੋਗੇ ਪਹਿਲਾਂ ਤਾਂ ਠੀਕ ਠੀਕ ਸੀਗੀ ਜਦੋਂ 80 ਸ਼ੁਰੂ ਹੋਏ, ਤਾਂ ਪਰ ਬਾਅਦ ਦੇ ਵਿੱਚ ਕਾਫੀ ਮੋਟਾ ਹੋ ਗਿਆ ਸੀ ਦਿਲਸ਼ਾਦ ਅਖਤਰ। ਅਕਸਰ ਅਸੀਂ ਜਦੋਂ ਪ੍ਰੋਗਰਾਮਾਂ 'ਤੇ ਜਾਂਦੇ ਸੀ ਰਾਜ, ਫਿਰ ਇਕੱਠੇ ਹੋ ਜਾਂਦੇ ਸੀ ਇੱਕ ਜਗ੍ਹਾ 'ਤੇ, ਫਿਰ ਉੱਥੇ ਖੂਬ ਮਸਤੀ ਹੁੰਦੀ ਸੀ, ਗੱਡੀਆਂ ਸਾਈਡ 'ਤੇ ਲਾ ਕੇ ਮੋਟਰ 'ਤੇ, ਉਹ ਬੜਾ ਵਧੀਆ ਸਮਾਂ ਹੁੰਦਾ ਸੀ। ਚਲੋ ਅੱਜ ਉਹਨਾਂ ਨੂੰ ਯਾਦ ਕਰਕੇ ਮੈਂ ਬੜਾ ਵਧੀਆ ਮਹਿਸੂਸ ਕਰ ਰਿਹਾ। ਅਗਰ ਗੱਲ ਕਰੀਏ ਤਾਂ ਪਹਿਲਾ ਗੀਤ ਇਹਨਾਂ ਦਾ, ਕਾਲਜ ਸਮੇਂ ਤੋਂ ਇਹਨਾਂ ਨੂੰ ਗਾਉਣ ਦਾ ਸ਼ੌਕ ਸੀ, ਪਹਿਲਾ ਗੀਤ ਚੰਨ ਮੰਗੇ ਚਾਨਣੀ ਗੁਲਾਬ ਮੰਗੇ ਰੰਗ, ਇਹ ਆਇਆ ਸੀਗਾ। ਧਰਮ ਕੰਮੇ ਵਾਲਿਆਂ ਨੂੰ ਜਾਣਦੇ ਹੋਣਗੇ, ਬਹੁਤ ਸਾਰੇ ਦੋਸਤ ਮਿੱਤਰ, ਉਹਦਾ ਲਿਖਿਆ ਹੋਇਆ ਗੀਤ ਸੀ। ਬਾਊ ਸਿੰਘ ਮਾਨ ਦੇ ਕਾਫੀ ਗੀਤ ਗਾਏ ਨੇ, ਮਦਨ ਜਲੰਧਰੀ ਦੇ ਕਾਫੀ ਗੀਤ ਗਾਏ ਨੇ, ਸਾਡਾ ਮਿੱਤਰ ਇੱਕ ਹੋਰ ਜੋ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ, ਗੁਰਚਰਨ ਵਿਰਕ, ਉਹਨਾਂ ਦੇ ਕਾਫੀ ਗੀਤ ਇਹਨਾਂ ਨੇ ਗਾਏ ਨੇ। ਅਤੇ ਗੱਲ ਅਗਰ ਕਰੀਏ ਤਾਂ ਪਹਿਲੀ ਫਿਲਮ ਜਿਹੜੀ ਸੀ ਉਡੀਕਾਂ ਸਾਉਣ ਦੀਆਂ, ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਗਾਇਆ ਵੀ ਹੈ, ਥੋੜ੍ਹਾ ਬਹੁਤ ਕੰਮ ਵੀ ਕੀਤਾ, ਲੇਕਿਨ ਆਵਾਜ਼ ਜਿਹੜੀ ਬਿਲਕੁਲ ਵੱਖਰੀ। ਜੇ ਕਿਤੇ ਗੀਤ ਮੈਂ ਕੋਈ ਉਹਦੀ ਵੀਡੀਓ ਮੈਨੂੰ ਪ੍ਰੋਪਰ ਨਹੀਂ ਮਿਲੀ ਤਾਂ ਉਹ ਗੀਤ ਮੈਨੂੰ ਬੜਾ ਪਿਆਰਾ ਲੱਗਦਾ, ਸਭ ਤੋਂ ਵਧੀਆ ਗੀਤ ਦਿਲਸ਼ਾਦ ਅਖਤਰ ਦਾ ਲੱਗਦਾ, ਬਾਕੀ ਸਾਰੇ ਪਾਸੇ ਵਧੀਆ। ਉਸੀ ਮਨ ਵਿੱਚ ਵਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ, ਤੂੰ ਕੀ ਜਾਣੇ ਇੱਥੇ ਮੈਂ ਕਿੰਨੀ ਮਜਬੂਰ, ਉਹ ਵੀ ਪ੍ਰਦੇਸ਼ਾਂ ਵਿੱਚ ਵੱਸਦੇ ਕਿਸੇ ਢੋਲ ਵਾਸਤੇ ਉਹਨੇ ਗਾਣਾ ਗਾਇਆ ਸੀਗਾ, ਅਤੇ ਬਹੁਤ ਸਾਰੇ ਗਾਣੇ ਗਾਏ ਸੀ। ਉਦੋਂ ਬਾਅਦ ਨੌਕਰੀ ਵੀ ਥੋੜ੍ਹੀ ਦੇਰ ਕੀਤੀ ਹੈ, ਪਰ ਪੜ੍ਹਾਈ ਵੱਲ ਧਿਆਨ ਨਹੀਂ ਸੀਗਾ। ਔਰ ਮਨਪ੍ਰੀਤ ਅਖਤਰ ਦੱਸਦੇ ਹੁੰਦੇ ਸੀਗੇ ਕਾਫੀ ਕਿ ਉਹ ਛੋਟਾ, ਉਹਨਾਂ ਤੋਂ 1-2 ਸਾਲ ਛੋਟਾ ਸੀ ਦਿਲਸ਼ਾਦ। ਅਤੇ 8ਵੀਂ ਤੱਕ ਉਹ ਗਾਉਣਾ ਤਾਂ ਦੂਰ ਦੀ ਗੱਲ ਹੈ, ਉਹਦੇ ਸਾਹਮਣੇ ਬੋਲਦਾ ਵੀ ਨਹੀਂ ਸੀ। ਫਿਰ 8ਵੀਂ ਤੋਂ ਬਾਅਦ ਘਰੇ ਵੀ ਦੱਸਦੇ ਆ ਵੀ ਜਦੋਂ ਕੋਈ ਗੈਸਟ ਆ ਜਾਂਦਾ ਸੀ, ਵੈਸੇ ਤਾਂ ਕੁੜੀਆਂ ਦਾ ਗਾਉਣਾ ਮਨਾ ਸੀ ਉਦੋਂ, ਕੋਈ ਗੈਸਟ ਕੋਈ ਪ੍ਰਾਹੁਣਾ ਆ ਜਾਣਾ ਜਾਂ ਇੱਕ ਕਲਾਕਾਰ ਚੱਲ ਜਾਣੇ ਉਹਨਾਂ ਦੇ ਘਰੇ, ਕੀੜੇ ਖਾਨ ਜੀ ਦੇ ਸ਼ੌਕੀਨ ਦੇ, ਮੁਹੰਮਦ ਸਦੀਕ ਸਾਹਿਬ, ਕੁਲਦੀਪ ਮਾਨਕ, ਬਾਬੂ ਸਿੰਘ ਮਾਨ ਜਾਂ ਇਹੋ ਜਿਹੇ ਕਲਾਕਾਰ ਜਦੋਂ ਉਹਨਾਂ ਦੇ ਘਰ ਜਾਂਦੇ ਸੀਗੇ, ਤਾਂ ਫਿਰ ਮਨਪ੍ਰੀਤ ਅਖਤਰ ਨੂੰ ਗਾਉਣ ਵਾਸਤੇ ਕਿਹਾ ਜਾਂਦਾ ਸੀ, ਦਿਲਸ਼ਾਦ ਅਖਤਰ ਨੂੰ ਗਾਉਣ ਵਾਸਤੇ ਨਹੀਂ ਸੀ ਕਿਹਾ ਜਾਂਦਾ। ਅਗਲਾ ਗੀਤ ਜਿਹੜਾ ਸਾਂਝਾ ਕਰਦੇ, ਗੀਤ ਮੈਂ 4 ਲਿਆਇਆ ਸੀ, 1 ਮਿੰਟ ਦੇ ਪਰ ਸਮਾਂ ਫਿਰ ਬ੍ਰੇਕ ਦਾ ਸਮਾਂ ਤਾਂ ਹੋ ਗਿਆ, ਪਰ ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਨਾਲ ਨਾਲ ਗੱਲਾਂ ਪਤਾ ਕਰੀਏ, ਨਾਲ ਨਾਲ ਇਹਦੇ ਗੀਤ ਵੀ ਜਿਹੜੇ ਹੈਗੇ ਤੁਹਾਡੇ ਨਾਲ ਸਾਂਝੇ ਕਰੀਏ। ਅਸਲੀ ਗੱਲ ਜਿਹੜੀ ਹੈਗੀ ਆ ਕਿ ਡੈਥ ਕਿਵੇਂ ਹੋਈ ਸੀ ਅਤੇ ਉਦੋਂ ਬਾਅਦ ਦੇ ਕੀ ਹਾਲਾਤ ਸੀਗੇ, ਉਹ ਜ਼ਰੂਰ ਸੁਣਨ ਵਾਲੀ ਹੈ। ਉਹ ਸਾਡੇ ਪੰਜਾਬ ਦੇ, ਭਾਰਤ ਦੇ ਚੰਗੇ ਭਲੇ ਸਿਸਟਮ ਨੂੰ ਬਿਆਨ ਕਰਦੀ ਸਾਰੀ ਤਸਵੀਰ ਹੈ। ਉਹ ਮੈਂ ਹੁਣ ਗਾਣਾ ਤੁਹਾਨੂੰ ਸੁਣਾਉਣਾ ਹੈਗਾ, ਧੀ ਦੇ ਦਰਦ ਹੈਗਾ ਗੀਤ ਉਹਨਾਂ ਨੇ ਗਾਇਆ ਸੀ, ਧੀ ਦੇ ਦਰਦ ਫਿਲਮ ਦੇ ਵਿੱਚ ਸੀਗਾ, ਉਹ ਮੇਰੇ ਖਿਆਲ ਨਸੀਬੋ ਫਿਲਮ ਦਾ ਗੀਤ ਸੀਗਾ, ਆਪਣੇ ਬਾਬਲ ਨੂੰ ਕਹਿ ਰਹੀ ਧੀ। ਇਹ ਗੀਤ ਦਾ ਆਨੰਦ ਮਾਣੋ, ਉਦੋਂ ਬਾਅਦ ਬ੍ਰੇਕ ਲੈਂਦੇ ਹਾਂ, ਤਾਂ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਨਾਲੇ ਤੁਹਾਡੀਆਂ ਕਾਲਾਂ ਲਵਾਂਗੇ, ਅਤੇ ਨਾਲੇ ਫਿਰ ਮੈਂ ਜਿਹੜੀ ਆਖਰੀ ਸਟੋਰੀ ਹੈਗੀ ਆ ਦਿਲਸ਼ਾਦ ਅਖਤਰ ਦੀ ਮੌਤ ਦੀ,
ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗਾ। ਉਹ ਬਿਲਕੁਲ ਹੀ ਹਟ ਕੇ ਤਾਂ ਦਿਲ ਨੂੰ ਝੰਜੋੜਨ ਵਾਲੀ ਹੈਗੀ ਹੈ। ਉਹ ਤੋਂ ਬਾਅਦ ਗੱਲਾਂ ਬਾਤਾਂ ਤਾਂ ਆਪਾਂ ਤੁਹਾਨੂੰ ਪਤਾ ਹੀ ਆ, ਅੱਜ ਦਿਨ ਖੁੱਲ੍ਹੀਆਂ ਗੱਲਾਂ ਬਾਤਾਂ ਹੁੰਦੀਆਂ, ਕੋਈ ਵੀ ਵਿਸ਼ਾ ਵਸਤੂ ਨਹੀਂ ਹੁੰਦਾ। ਇੱਕ ਤੋਂ ਬਾਅਦ ਸਵਾਗਤ ਜੈਨੂ ਜਲਵੇ ਜੱਗੀ ਦੇ ਵਿੱਚ। ਗੱਲਬਾਤ ਚੱਲ ਰਹੀ ਹੈ ਦਿਲਸ਼ਾਦ ਅਖਤਰ ਦੀ, ਅਤੇ ਨਾਲ ਨਾਲ ਆਪਾਂ ਜਿਹੜੇ ਤੁਹਾਡੀਆਂ ਕਾਲਾਂ ਲੈਣੀਆਂ, ਕੋਈ ਵੀ ਗੱਲਬਾਤ ਕਰ ਸਕਦੇ ਹੋ, ਨੰਬਰ ਡਾਇਲ ਕਰ ਲਓ। ਜਦ ਤੱਕ ਮੈਂ ਵਾਇੰਡ ਅਪ ਕਰ ਦੇਵਾਂ ਸਟੋਰੀ ਜਿਹੜੀ ਸੀ ਦਿਲਸ਼ਾਦ ਅਖਤਰ ਦੀ, ਵੈਸੇ ਤਾਂ ਕਾਫੀ ਲੰਬੀਆਂ ਚੌੜੀਆਂ ਗੱਲਾਂ ਹੋਰ ਵੀ ਬਹੁਤ ਸੀਗੀਆਂ। ਹੋਇਆ ਕਿ ਗੁਰਦਾਸਪੁਰ ਤੋਂ ਇੱਕ DSP ਗਿਆ ਲੁਧਿਆਣੇ, ਆਪ ਗਿਆ ਨਾ DSP ਕਹਿੰਦੇ ਪ੍ਰੋਗਰਾਮ ਬੁੱਕ ਕਰਾਉਣ ਇਹ ਦਫ਼ਤਰ। ਉਹਦੇ ਮੁੰਡੇ ਦਾ ਵਿਆਹ ਸੀਗਾ 28 ਜਨਵਰੀ 1996 ਨੂੰ, ਅਤੇ ਦਿਲਸ਼ਾਦ ਅਖਤਰ ਦਾ ਉੱਥੇ ਪ੍ਰੋਗਰਾਮ ਬੁੱਕ ਕਰ ਲਿਆ। ਗਾਇਆ ਗੁਆ ਸਾਰਾ ਕੁਛ ਹੋਇਆ ਹਵਾਇਆ ਸਾਰਾ ਕੁਛ ਵਧੀਆ ਚੱਲੀ ਗਿਆ ਸਾਰਾ। ਅਖੀਰ ਫਰਮਾਇਸ਼ ਕੀਤੀ DSP ਸਾਹਿਬ ਨੇ ਦਿਲਸ਼ਾਦ ਅਖਤਰ ਨੂੰ ਕਿ ਗਾਣਾ ਸੁਣਾ ਨੱਚੀ ਜੇ ਸਾਡੇ ਨਾਲ, ਉਹਨੂੰ ਦਿਲ ਵੀ ਦੇਵਾਂਗੇ। ਗਾਣਾ ਇਹ ਹੈਗਾ ਹੰਸ ਰਾਜਾ ਹੰਸ ਦਾ, ਅਤੇ ਕਲਾਕਾਰਾਂ ਦੀ ਅਕਸਰ ਇਹ ਪ੍ਰੋਬਲਮ ਹੁੰਦੀ ਕਿ ਉਹ ਕਹਿੰਦੇ ਅਸੀਂ ਕਿਸੇ ਦਾ ਗਾਇਆ ਗੀਤ ਨਹੀਂ ਗਾਉਂਦੇ। ਸੇਮ ਉੱਥੇ ਕਿਹਾ, ਅਤੇ DSP ਨੇ ਲੈ ਕੇ AK-47 ਆਪਣੇ ਬੋਡੀਗਾਰਡ ਤੋਂ ਉੱਥੇ ਗੋਲੀਆਂ ਮਾਰਤੀਆਂ। ਇਹ ਚਲੋ ਡੈਥ ਹੋ ਗਈ, ਪਰ ਉਦੋਂ ਬਾਅਦ ਦੀ ਜਿਹੜੀ ਕਹਾਣੀ ਹੈ, DSP 'ਤੇ ਕੇਸ ਹੋ ਗਿਆ ਅਤੇ ਜੇਲ੍ਹ ਨਹੀਂ ਗਿਆ, ਇੱਕ ਦਿਨ ਵੀ ਕਿਤੇ ਜੇਲ੍ਹ ਨਹੀਂ ਗਿਆ। ਕੇਸ ਹੋ ਕੇ 2002 ਦੇ ਵਿੱਚ ਫਿਰ ਰਿਟਾਇਰ ਹੋਇਆ ਇਹ, ਅਤੇ ਉਦੋਂ ਬਾਅਦ 2006 ਦੇ ਵਿੱਚ ਕਿ 2008 ਦੇ ਵਿੱਚ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਕਿਉਂਕਿ CBI ਦਾ ਕੇਸ ਉੱਥੇ ਚੱਲਦਾ ਸੀ ਸਿੱਖ ਫਰੀਡਮ ਫਾਈਟਰ ਨੂੰ ਝੂਠਾ ਮੁਕਾਬਲਾ ਬਣਾਉਣ ਦਾ। ਉਦੋਂ ਅਗਲੀ ਗੱਲ, ਜਿਹੜਾ ਦਿਲਸ਼ਾਦ ਅਖਤਰ ਵਾਲਾ ਕੇਸ ਸੀ ਉਹ ਰਫਾ ਦਫਾ ਹੋ ਗਿਆ। ਉਹਦੀ ਵਾਈਫ ਨੇ ਮਜਬੂਰੀ ਆ ਕਹਿ ਲਓ, ਚਾਹੇ ਕੋਈ ਲਾਲਚ ਦੇ ਦਿੱਤਾ ਚਾਹੇ ਕੁਛ ਕਹਿ ਲਓ, ਤਾਂ ਉਹਨੇ ਕੇਸ ਸ਼ਾਇਦ ਵਾਪਸ ਲੈ ਲਿਆ। ਕੀ ਕਰਿਆ ਉਦੋਂ ਬਾਅਦ, ਕੇਸ ਦਾ ਉਹਦਾ ਕੁਛ ਨਹੀਂ ਹੋਇਆ, ਜਿਵੇਂ ਸਾਡੇ ਉੱਥੇ ਹੋਰ ਹਜ਼ਾਰਾਂ ਲੱਖਾਂ ਕੇਸ ਜਿਹੜੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹੁੰਦੇ ਨੇ, ਤਾਂ ਉਹਨਾਂ ਦਾ ਕੁਛ ਨਹੀਂ ਹੁੰਦਾ। ਇਹਨਾਂ ਦਾ ਵੀ ਕੁਛ ਨਹੀਂ ਨਿਬੜਿਆ, ਕੁਛ ਨਹੀਂ ਹੋਇਆ ਹੋਇਆ। ਚਲੋ ਖੈਰ, ਮੈਂ ਫਟਾਫਟ ਕਾਲਾਂ ਲੈਣੀਆਂ ਸ਼ੁਰੂ ਕਰਨੀਆਂ ਚਾਹੁੰਦਾ, ਪਰ ਫਿਰ ਵੀ ਇੱਕ ਵਾਰੀ ਗੱਲ ਜਿਹੜੀ ਹੈ ਦਿਲਸ਼ਾਦ ਅਖਤਰ ਦੀ ਚੱਲਦੀ ਹੈ। ਦਿਲਸ਼ਾਦ ਅਖਤਰ ਦੀ ਗੱਲ ਇਹ ਚੱਲਦੀ ਕਿ ਉਹ ਗਾਇਕੀ ਜਿੰਨਾ ਗਾਇਆ ਉਹਨੇ ਬਹੁਤ ਵਧੀਆ ਗਾਇਆ, ਸਾਫ਼ ਸੁਥਰਾ ਗਾਇਆ, ਪਰਿਵਾਰਕ ਘਰਾਣੇ ਦੇ ਵਿੱਚੋਂ ਸੀਗਾ, ਖਾਨਦਾਨੀ ਗਾਇਕ ਸੀਗੇ, ਬਹੁਤ ਵਧੀਆ। ਪਰ ਇਹ ਹੋਣੀ ਜਿਹੜੀ ਹੈ, ਜਿਵੇਂ ਆਪਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਜਿਹਨੂੰ ਪਰਮਾਤਮਾ ਨੇ ਜਸ ਦੇਣਾ ਤਾਂ ਉਸ ਹਿਸਾਬ ਦਾ ਢੋਹ ਮੇਲਾ ਬਣ ਜਾਂਦਾ, ਅਤੇ ਜਿਹਦੀ ਅਕਲ ਟਿਕਾਣੇ ਲਿਆਉਣੀ ਹੁੰਦੀ ਉਹਦਾ ਉਸ ਹਿਸਾਬ ਦਾ ਬਣ ਜਾਂਦਾ ਹੁੰਦਾ। ਪਰ ਦਿਲਸ਼ਾਦ ਅਖਤਰ ਦੇ ਕੇਸ ਵਿੱਚ ਜਿਹੜਾ ਹੈਗਾ, ਇਹ ਦੋਨੋਂ ਚੀਜ਼ਾਂ ਹੀ ਨਹੀਂ ਢੁੱਕੀਆਂ, ਇਹ ਹੋਣੀ ਜਿਹੜੀ ਹੈਗੀ ਆ ਉੱਥੇ ਆਈ ਹੈ, ਜਿਹਨੂੰ ਅਸੀਂ ਬਾਅਦ ਦੇ ਵਿੱਚ ਕਹਿ ਦਿੰਦੇ ਹਾਂ ਜੇ ਤਾਂ ਕੋਈ ਬੰਦਾ ਚੰਗਾ ਕੰਮ ਕਰਦਾ ਤਾਂ ਉਹਨੂੰ ਕਹਿੰਦੇ ਵੀ ਕੰਮ ਚੰਗਾ ਕਰਦਾ। ਚੰਗਾ ਬੰਦਾ, ਬਹੁਤ ਜ਼ਿਆਦਾ ਚੰਗਾ, ਜਾਂ ਆਮ ਬੰਦੇ ਨਾਲ ਕਿਸੇ ਨਾ ਕੋਈ 19-21 ਹੋ ਜਾਂਦੀ ਹੈ, ਕੋਈ ਘਰ ਦੇ ਵਿੱਚ ਡੈਥ ਹੋ ਜਾਂਦੀ ਆ, ਅਤੇ ਆਪਾਂ ਅਕਸਰ ਕਹਿੰਦੇ ਜਿਹੜੇ ਬੰਦਾ ਨਿਕੰਮਾ ਹੋਵੇ ਜਾਂ ਜਿਹਦੀ ਗੁੱਡਵਿਲ ਵਧੀਆ ਨਾ ਹੋਵੇ, ਕਹਿੰਦੇ ਜੀ ਇਹਨੂੰ ਇਹਦੇ ਪਾਪਾਂ ਦੀ ਸਜ਼ਾ ਮਿਲੀ ਆ, ਇਹਦੇ ਬੱਚੇ ਦੀ ਡੈਥ ਹੋ ਗਈ, ਇਹਦੇ ਪਾਪਾਂ ਦੀ ਸਜ਼ਾ ਮਿਲੀ ਆ। ਜਦਕਿ ਬੱਚੇ ਦਾ ਕੀ ਉਹਦੇ 'ਚ ਕਸੂਰ ਉਹਦੇ ਪਾਪਾਂ ਦੇ ਵਿੱਚ, ਅਸੀਂ ਅਕਸਰ ਕਹਿ ਦਿੰਦੇ। ਜੇ ਕੋਈ ਬੰਦਾ ਚੰਗਾ ਉਹਦੇ ਨਾਲ ਇੱਦਾਂ ਕੋਈ ਅਣਹੋਣੀ ਹੋ ਜਾਂਦੀ ਹੈ, ਉਹਨੂੰ ਫਿਰ ਅਸੀਂ ਕਹਿ ਦਿੰਦੇ ਜੀ ਰੱਬ ਦੀ ਮਰਜ਼ੀ ਹੈ, ਰੱਬ ਦੀ ਕਰਨੀ ਹੈ ਜੀ। ਚਲੋ ਜੋ ਪਿਛਲੇ ਜਨਮ 'ਚ ਉਹਨੂੰ ਪਿਛਲੇ ਜਨਮ ਦਾ ਪਾਪ ਆਪਾਂ ਕੋਈ ਨਾ ਕੋਈ ਦੱਸ ਦਿੰਦੇ ਹਾਂ। ਖੈਰ ਇਹ ਜੋ ਭਾਣਾ ਵਰਤ ਗਿਆ, ਉਦੋਂ ਬਾਅਦ ਪੰਜਾਬੀ ਗਾਇਕੀ ਦੇ ਵਿੱਚ ਇੱਕ ਖਲਾਅ ਜਿਹਾ ਆ ਗਿਆ ਸੀਗਾ। ਬਹੁਤ ਸਾਰੇ ਗਾਇਕ ਉਦੋਂ ਖੁਸ਼ ਵੀ ਹੋਏ, ਬਹੁਤ ਸਾਰੇ ਖੁਸ਼ ਵੀ ਹੋਏ ਹੋਣਗੇ, ਮੈਂ ਇਹ ਨਹੀਂ ਕਹਿੰਦਾ ਖੁਸ਼ ਹੋਏ ਆ। ਚਲੋ ਅਸੀਂ ਹੁਣ ਅੱਜ ਦੇ ਥੋੜ੍ਹਾ ਜਿਹਾ ਵਿਸ਼ਾ ਆਪਾਂ ਤਾਂ ਰੱਖੀਦਾ ਨਹੀਂ ਅੱਜ, ਪਰ ਪੰਜਾਬੀ ਦੀ ਗੱਲ ਚੱਲੀ ਹੈ, ਜੋ ਪੰਜਾਬੀ ਨਾਲ ਕੋਈ ਗੱਲਬਾਤ ਹੁੰਦੀ ਹੈ ਤਾਂ ਵਿਸ਼ਾ ਥੋੜ੍ਹਾ ਬਹੁਤ ਨੇੜੇ ਤੇੜੇ ਰੱਖਣਾ ਬਣਦਾ। ਮੈਂ ਇੱਕ ਵਿਸ਼ਾ ਕੀਤਾ ਸੀ ਕਾਫੀ ਦਿਨ ਪਹਿਲਾਂ, ਕੈਨੇਡਾ ਦੇ ਵਿੱਚ ਇੱਕ ਕੋਈ ਕਾਨੂੰਨ ਬਣਿਆ ਸੀਗਾ ਕਿ ਸਰਦਾਰ ਦੀ ਪੱਗ ਲਾਉਣ ਵਾਲੇ ਨੂੰ $10,000 ਜੁਰਮਾਨਾ ਅਤੇ ਨਾਲ ਕੈਦ, ਕੋਈ ਸਾਲ ਦੀ ਕੋਈ 2 ਸਾਲ ਦੀ ਕੈਦ ਹੋਏਗੀ। ਉਦੋਂ ਮੈਂ ਵਿਸ਼ਾ ਕੀਤਾ ਸੀ ਵੀ ਸਰਦਾਰ ਦੀ ਪੱਗ ਕਿਸੇ ਦੀ ਲਾਉਣ ਦੀ ਹਿੰਮਤ ਨਹੀਂ ਹੈ, ਕਿ ਕੋਈ ਲਾ ਜਾਓ, ਪੱਗ ਵੀ ਆਪਣੀ ਹੀ ਲੈਣੀ ਹੈ ਅਤੇ ਸਜ਼ਾ ਵੀ ਆਪਣੀ ਹੋਣੀ ਹੈ। ਹੁਣ ਗੱਲ ਆ ਗਈ ਪੰਜਾਬੀ ਮਾਂ ਬੋਲੀ ਦੀ, ਅਸੀਂ ਕਹਿੰਦੇ ਜੀ ਅੰਮ੍ਰਿਤ ਸ਼ਾਹ ਨੇ ਐਂ ਕੀਤਾ, ਗੁਰਦਾਸ ਮਾਨ ਨੇ ਇਹ ਬਿਆਨ ਦੇ ਦਿੱਤਾ, ਮੰਦਭਾਗਾ ਮੈਂ ਤਾਂ ਕਹਿੰਦਾ ਚੰਗਾ ਕੀਤਾ, ਅਵੇਅਰ ਕਰਤੀ, ਅੱਖਾਂ ਖੋਲਤੀਆਂ, ਜਗਾਤੇ ਬੰਦੇ।
ਚੰਗਾ ਕੀਤਾ। ਜੇ ਚੁੱਪ ਚੁੱਪੀ ਤਾਂ ਕਾਨੂੰਨ ਲਾਗੂ ਕਰ ਦਿੰਦੇ, ਵਨ ਲੈਂਗੁਏਜ ਵਨ ਨੇਸ਼ਨ, ਇੱਕ ਇੱਕ ਦੇਸ਼ ਇੱਕ ਬੋਲੀ, ਤਾਂ ਫਿਰ ਵੀ ਬਹੁਤ ਔਖਾ ਹੋਣਾ ਸੀ ਕੰਮ। ਫਿਰ ਉਦੋਂ ਬਾਅਦ ਫਿਰ ਨਾਰੇ ਮੁਜ਼ਾਰੇ ਹੁੰਦੇ। ਹੁਣ ਜਿਹੜਾ ਪਹਿਲਾਂ ਹੀ ਸੰਭਲ ਜਾਓ, ਸੰਭਲਣਾ ਚਾਹੀਦਾ ਸਾਨੂੰ ਸਾਰਿਆਂ ਨੂੰ, ਵਿੱਚੇ ਮੈਂ ਵੀ ਹਾਂ। ਅਤੇ ਦੂਜਾ ਇਹ ਹੈ, ਪੰਜਾਬੀ ਬੋਲੀ ਨੂੰ ਕਿਸੇ ਨੇ ਖਤਮ ਨਹੀਂ ਕਰਨਾ, ਜਦੋਂ ਕੀਤੀ ਅਸੀਂ ਉਹੀ ਕਰਨੀ ਹੈ। ਪਹਿਲਾਂ ਤਾਂ ਅਸੀਂ ਪੰਜਾਬੀਆਂ ਨੂੰ ਖਤਮ ਕਰਨ ਦੇ ਤੁਲੇ ਹੋਏ ਹਾਂ, ਵਿੱਚੇ ਮੈਂ ਵੀ ਵਿੱਚੇ ਹੀ ਹਾਂ, ਇਹ ਨਹੀਂ ਕਿ ਮੈਂ ਵਿੱਚ ਨਹੀਂ ਹੈਗਾ। ਪੰਜਾਬੀ ਦਿਸਣੋਂ ਤਾਂ ਬੰਦ ਹੋ ਗਏ, ਦੂਰੋਂ ਹੀ ਗੋਰੇ ਲੱਗਦੇ ਨੇ ਆਪਣੇ ਸਾਰੇ, ਜਿਹੜੇ ਪੰਜਾਬੀ ਨੇ ਚੰਗੇ ਕਹਿੰਦੇ ਕਹਾਉਂਦੇ ਉਹ ਲੱਗਦੇ ਦੇਖਣ ਨੂੰ ਗੋਰੇ ਆ, ਜਾਂ ਮਤਲਬ ਇਹੋ ਜਿਹੇ ਅਪਡੇਟ ਹੋ ਗਏ। ਅਤੇ ਦੂਜਾ ਉਹਨਾਂ ਦੇ ਨਾਂ ਤੋਂ ਵੀ ਨਹੀਂ ਉਹ ਪੰਜਾਬੀ ਲੱਗਦੇ, ਨਾਂ ਤੋਂ ਬੰਦੇ ਪੰਜਾਬੀ ਨਹੀਂ ਲੱਗਦੇ। ਇਹਦਾ ਮਤਲਬ ਜਦੋਂ ਦੇਖਣ ਨੂੰ ਪੰਜਾਬੀ ਨਹੀਂ ਲੱਗਦੇ, ਵੱਖਰੀ ਗੱਲ ਹੈ, ਕੋਈ ਮਾੜੀ ਗੱਲ ਨਹੀਂ, ਕਹਿੰਦੇ ਜੈਸਾ ਦੇਸ ਵੈਸਾ ਭੇਸ, ਪਰ ਨਾਂ ਵੀ ਪੰਜਾਬੀ ਨਹੀਂ ਲੱਗਦੇ, ਉੱਥੇ ਆ ਕੇ ਸੋਚਣ ਦੀ ਲੋੜ ਪੈਂਦੀ ਹੈ। ਮੈਨੂੰ ਬਹੁਤ ਵਧੀਆ ਸਵਾਲ ਕਿਸੇ ਨੇ ਕੀਤਾ ਸੀ, ਮੈਂ ਜਗਤਾਰ ਜੱਗੀ ਬੋਲਦਾ ਸੀ, ਮੈਂ ਥੀਏਟਰ ਦੇ ਵਿੱਚ ਜਦੋਂ ਡਰਾਮੇ ਸ਼ੁਰੂ ਕੀਤੇ ਤਾਂ ਨਾਮ ਉਹ ਕੈਸਟਾਂ ਉੱਪਰ ਵੀ ਜਗਤਾਰ ਜੱਗੀ ਲਿਖਣਾ ਸ਼ੁਰੂ ਹੋ ਗਿਆ। ਅਤੇ ਬਾਕੀ ਸਾਰੇ ਕਾਸੇ ਦੇ ਨਾਲ ਨਾਲ, ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਕਾਲ ਕਰਕੇ ਜ਼ਰੂਰ ਦੱਸਿਓ, ਬਾਕੀ ਸਾਰੇ ਕਾਸੇ ਦੇ ਨਾਲ ਨਾਲ ਕੀ ਇੱਕ ਇਹ ਵੀ ਮੁਹਿੰਮ ਚਲਾਉਣ ਦੀ ਲੋੜ ਹੈ ਕਿ ਸਿੰਘ ਅਤੇ ਕੌਰ ਸਾਡੇ ਨਾਂ ਨੂੰ, ਜਿਹੜੇ ਉੱਡ ਗਏ ਨੇ ਖੰਭ ਲਾ ਕੇ, ਜਿਵੇਂ ਗਧੇ ਦੇ ਸਿਰ ਤੋਂ ਸਿੰਘ ਉੱਡਦੇ ਨੇ, ਉਵੇਂ ਨਾਂ ਨਾਲੋਂ ਉੱਡੀ ਜਾਂਦੇ ਨੇ ਜਿਹੜੇ ਧੜਾ ਧੜ। ਦੂਜੀ ਪੀੜ੍ਹੀ ਜਿਹੜੀ ਹੁਣ ਹੈਗੀ, ਹੁਣ ਤਾਂ ਹੈਗੇ ਫਲਾਨਾ ਸਿੰਘ ਧਿੰਗੜਾ ਸਿੰਘ, ਤਾਂ ਉਹਨਾਂ ਦੇ ਮੁੰਡੇ ਦਾ ਨਾਂ ਵਿਕਟਰ ਦੇ ਉਹਦਾ ਫਲਾਨਾ, ਕਈਆਂ ਨੇ ਸਿਰਫ ਆਪਣਾ ਜਿਹੜਾ ਸਰਨੇਮ ਲਾਇਆ ਹੋਇਆ, ਕਈਆਂ ਨੇ ਉਹ ਵੀ ਨਹੀਂ ਲਾਇਆ। ਇਹ ਚੀਜ਼ ਵੀ ਸੋਚਣ ਦੀ ਲੋੜ ਹੈ ਮੇਰੇ ਹਿਸਾਬ ਦੇ ਨਾਲ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਤੁਸੀਂ ਕਾਲ ਕਰਕੇ, ਮੈਂ ਹੁਣ ਕਾਲਾਂ ਬ੍ਰੇਕ ਤੋਂ ਬਾਅਦ ਹੀ ਰਹੂੰਗਾ। ਸੋ ਚਾਹੇ ਅਸੀਂ ਪੰਜਾਬੀ ਬੋਲੀ ਦੀ ਗੱਲ ਕਰੀਏ, ਚਾਹੇ ਅਸੀਂ ਪੰਜਾਬੀਅਤ ਦੀ ਗੱਲ ਕਰੀਏ, ਅਤੇ ਚਾਹੇ ਅਸੀਂ ਗੱਲ ਕਰੀਏ ਜਿਹੜੇ ਪੰਜਾਬੀ ਦਿਸਣੋਂ ਘੱਟ ਗਏ ਨੇ, ਬਹੁਤ ਜਗ੍ਹਾ ਪੰਜਾਬੀ ਜਿਹੜੇ ਨਾਮ ਤੋਂ ਨਹੀਂ ਪਤਾ ਲੱਗਦਾ, ਮੈਂ ਬਹੁਤ ਸਾਰੇ ਨਾਮ ਨਹੀਂ ਲਵਾਂਗਾ ਕਿਸੇ ਗੁਰੂ ਘਰ ਦਾ, ਗੁਰੂ ਘਰਾਂ ਦੇ ਜਿਹੜੇ ਕਈ ਜਗ੍ਹਾ ਹੈਗੇ ਨੇ ਸੁਖਨਾਲ ਪ੍ਰਧਾਨ ਵਗੈਰਾ, ਜਾਂ ਜੋ ਵੀ ਉੱਥੇ ਹੈਗੇ ਅਹੁਦੇਦਾਰ, ਅਤੇ ਉਹਨਾਂ ਦੇ ਨਾਂ ਵੀ ਇੱਦਾਂ ਹੀ ਨੇ ਵੀ ਸਿੰਘ ਵਿੱਚੋਂ ਗਾਇਬ ਆ। ਸਭ ਤੋਂ ਪਹਿਲਾਂ ਜਿਹੜੇ ਸਿੰਘ ਗਾਇਬ ਕੀਤਾ, ਕਲਾਕਾਰਾਂ ਨੇ ਸ਼ੁਰੂ, ਕਲਾਕਾਰਾਂ ਨੇ, ਜਿਵੇਂ ਅਸੀਂ ਸਭ ਤੋਂ ਪਹਿਲਾਂ ਜਿਵੇਂ ਚਲੋ ਇਹਨਾਂ ਦੇ ਨਾਮ ਨਹੀਂ ਸੀਗੇ ਸਿੰਘ, ਇਹਨਾਂ ਦਾ ਨਾਮ ਮੁਹੰਮਦ ਸਦੀਕ ਸਾਹਿਬ ਦਾ ਨਾਮ ਸਿੰਘ ਨਾਲ ਨਹੀਂ ਸੀ, ਕੁਲਦੀਪ ਮਾਣਕ ਦਾ ਨਾਮ ਸਿੰਘ ਨਾਲ ਨਹੀਂ ਸੀ, ਬਾਬੂ ਸਿੰਘ ਮਾਨ ਮਰਾੜਾ ਵਾਲਾ ਰੱਖਿਆ, ਹਰਦੇਵ ਸਿੰਘ ਦਲਗੀਰ ਉਹਨੇ ਦੇਵ ਤਰੀਕਿਆਂ ਵਾਲੇ ਨੇ ਆਪਣਾ ਨਾਂ ਰੱਖਿਆ। ਅਤੇ ਉਸ ਤੋਂ ਬਾਅਦ ਉੱਡਣੇ ਜਦੋਂ ਸ਼ੁਰੂ ਹੋਏ ਆ, ਇਹ 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 ਰਿਵਾਜ਼ ਪਿਆ, ਮੈਂ ਸਮਝਦਾ ਇਹ ਗੁਰਦਾਸ ਮਾਨ ਸਾਹਿਬ ਤੋਂ ਹੀ ਪਿਆ। ਸੋ ਇਹ ਚੀਜ਼ਾਂ ਕਿਸੇ ਨੇ ਖਤਮ ਨਹੀਂ ਕਰਨੀਆਂ, ਕਿਸੇ 'ਚ ਕੋਈ ਤਾਕਤ ਨਹੀਂ ਹੈਗੀ ਚੀਜ਼ਾਂ ਨੂੰ ਖਤਮ ਕਰਦੇ, ਜਿੱਦਣ ਕੀਤੀਆਂ ਅਸੀਂ ਆਪੇ ਹੀ ਕਰਨੀਆਂ, ਆਪੇ ਹੀ ਆਪਦੇ ਪੈਰ 'ਤੇ ਕੁਹਾੜਾ ਮਾਰਨਾ। ਚਲੋ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਲੋਕ ਤੱਥ ਦਿਲਸ਼ਾਦ ਅਖਤਰ ਦਾ ਤੁਹਾਡੇ ਨਾਲ ਸਾਂਝਾ ਕਰ ਲੈਂਦਾ, ਅਤੇ ਉਸ ਤੋਂ ਬਾਅਦ ਕਾਲਾਂ ਤੁਹਾਡੀਆਂ ਧੜਾ ਧੜ ਭਰੀਆਂ ਪਈਆਂ ਨੇ, ਅਤੇ ਕਾਲਾਂ ਲਵਾਂਗੇ। ਇੱਕ ਛੋਟਾ ਜਿਹਾ ਲੋਕ ਤੱਥ ਜਿੰਮੀ ਸਾਹਿਬ ਇਹ ਮੈਂ ਜਿਹੜਾ ਹੈਗਾ ਉਹ ਦਿਖਾ ਦਿਓ, ਅਤੇ ਉਦੋਂ ਬਾਅਦ ਬ੍ਰੇਕ ਲੈ ਲਿਓ, ਅਤੇ ਬ੍ਰੇਕ ਤੋਂ ਬਾਅਦ ਫਿਰ ਕਾਲਾਂ ਲਵਾਂਗੇ। ਬ੍ਰੇਕ ਤੋਂ ਬਾਅਦ ਜੀ ਕਾਲਾਂ ਵੱਲ ਚੱਲਦੇ ਸਿੱਧੇ, ਕੀ ਤੁਹਾਡੇ ਦਿਲ ਦੀਆਂ ਗੱਲਾਂ ਨੇ, ਕੀ ਤੁਹਾਡੇ ਦਿਲ ਦੇ ਵਿੱਚ ਕਹਿਣਾ ਚਾਹੁੰਦੇ ਹੋ, ਕਿਉਂਕਿ ਵਿਸ਼ਾ ਅੱਜ ਕੋਈ ਨਹੀਂ ਹੁੰਦਾ, ਖੁੱਲ੍ਹੀ ਗੱਲ ਹੁੰਦੀ ਹੈ, ਤਾਂ ਪੰਜਾਬੀ ਦੀ ਗੱਲਬਾਤ ਜਿਹੜੀ ਹੈ ਅਸੀਂ ਅੱਜ ਕਰ ਸਕਦੇ ਹਾਂ, ਕੋਈ ਤੁਹਾਡੇ ਵਿਚਾਰ ਜਿਹੜੇ ਆ ਬਹੁਤ ਸਾਰੇ ਲੋਕਾਂ ਦੇ ਮੁੱਦਾਂ ਦੇ ਵਿੱਚੋਂ ਵੀ ਰਹਿ ਗਏ ਹੋਣਗੇ, ਸੋ ਕਾਲਾਂ ਲੈਂਦੇ ਹਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੱਗੀ ਸਾਹਿਬ। ਉਹ ਹਾਂਜੀ ਮਾਸੀ ਜੀ, ਜਿਉਂਦਾ ਵਾਸਾ, ਚੱਲ ਰਹੀਆਂ ਗੱਲਾਂ ਕਰਾਂ। ਓਹਦੇ ਗੀਤ ਵੀ ਬਥੇਰੇ ਸੁਣੀਦੇ ਆ, ਤੇ ਫਿਰ ਜਿਹੜੇ ਆ ਤੁਸੀਂ ਦੋ ਗੀਤ ਦਿਖਾਏ ਨਾ, ਬਹੁਤ ਸੋਹਣੇ ਆ, ਮਾਂ ਦੀ ਮਮਤਾ, ਮਾਂ ਧੀ ਦਾ, ਹੈ ਨਾ, ਮਾਂ ਹੀ ਹੁੰਦੀ ਹੈ, ਧੀ ਪੁੱਤ ਨੂੰ ਮਾਂ ਜਨਮ ਦਿੰਦੀ ਹੈ, ਪੜ੍ਹਾਉਂਦੀ ਹੈ, ਲਿਖਾਉਂਦੀ ਹੈ, ਫਿਰ ਜਿੱਥੇ ਵੀ ਭੇਜਣਾ ਹੁੰਦਾ ਵਿਦੇਸ਼ਾਂ 'ਚ ਭੇਜਦੀ ਹੈ। ਅਤੇ ਮੈਂ ਨਾ ਜੱਗੀ ਆਪਦੇ ਮੁੰਡੇ ਦੀ ਗੱਲ ਦੱਸਦੀ ਹਾਂ, ਹੈ ਨਾ, ਹੈਲੋ, ਪੰਜਾਬੀ ਨਾਲ ਸੰਬੰਧਿਤ ਹੈ ਕਿ ਉੱਦਾਂ? ਅਤੇ ਉਹ ਨਾ ਇੱਥੇ ਇੱਥੇ ਬਾਹਰ ਸੀ, ਆਪ ਬਾਹਰ ਆਇਆ, ਅਤੇ ਆਪ ਤਾਂ ਬਾਹਰ ਬੈਠਾ, ਅਤੇ ਲੋਕਾਂ 'ਤੇ ਐਵੇਂ ਲਾਇਆ ਕਰੀ, ਅੱਗੇ ਵੀ ਇੱਥੇ
ਬਾਹਰ ਨਾ ਆਇਓ, ਫਲਾਨਾ ਨਾ ਆਇਓ, ਦੇਖੇ ਬਾਲ ਸੰਸਾਰ ਲਿਖਦਾ ਇਹਦੇ ਗੀਤ ਬਹੁਤ ਲਿਖੇ ਹੋਏ ਆ ਪਰ ਗਾਉਂਦਾ ਨਹੀਂ ਹੈਗਾ। ਚਲੋ ਠੀਕ ਹੈ, ਮਿਹਰਬਾਨੀ ਮਾਸੀ, ਮਿਹਰਬਾਨੀ ਥੋੜ੍ਹਾ ਜਿਹਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜਗਤਾਰ, ਜਗਤਾਰ ਸਿੰਘ ਜੀ ਮੈਂ ਕਹਾਂਗਾ। ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ ਇਹ ਚੀਜ਼ ਹੈ ਨਾ, ਹੁਣ ਪਤਾ ਸਾਨੂੰ ਵੀ ਹੁਣ ਪਤਾ ਲੱਗਦੀਆਂ ਨੇ, ਜਦੋਂ ਪਹਿਲਾਂ ਸੀਗਾ ਤੇ ਉਦੋਂ ਇਉਂ ਲੱਗਦਾ ਸੀ ਵੀ ਇਹ ਇੱਕ ਚੰਗੀ ਗੱਲ ਹੈ, ਪਰ ਹੁਣ ਮਹਿਸੂਸ ਹੁੰਦੀਆਂ ਚੀਜ਼ਾਂ ਵੀ ਇਹ ਚੰਗੀ ਗੱਲ ਨਹੀਂ ਸੀ ਤੇ ਨਾ ਚੰਗੀ ਗੱਲ ਹੈਗੀ ਆ। ਉਹ ਇੱਦਾਂ ਨਾ ਜਗਤਾਰ ਸਿੰਘ ਜੀ, ਜਿੱਦਾਂ ਜਿੱਦਾਂ ਅਸੀਂ ਲਿਟਰੇਚਰ ਪੜ੍ਹਦੇ ਹਾਂ, ਟੀਵੀ ਦੇਖਦੇ ਹਾਂ, ਜਿੱਦਾਂ ਤੁਸੀਂ ਗੱਲਾਂ ਕਹੀਆਂ, ਉਹ ਸਾਡੇ ਤੇ ਪ੍ਰਭਾਵ ਪੈਣਾ ਜ਼ਰੂਰੀ ਪੈਂਦਾ ਹੈ। ਜਿੱਦਾਂ ਜਿੱਦਾਂ ਅਸੀਂ ਜ਼ਿਆਦਾ ਗਿਆਨ ਦੀ ਪ੍ਰਾਪਤੀ ਕਰਦੇ ਹਾਂ, ਅਸੀਂ ਟੀਵੀ ਤੋਂ ਕਰਦੇ ਹਾਂ, ਕਿਤਾਬਾਂ ਤੋਂ ਕਰਦੇ ਹਾਂ, ਹੁਣ ਜਿੱਦਾਂ ਤੁਹਾਡੇ ਮੂੰਹ ਤੋਂ ਹਰ ਸ਼ਬਦ ਸੁਣਿਆ ਤਾਂ ਮੇਰੇ ਦਿਲ 'ਚ ਇੱਕ ਆਇਆ, ਯਾਰ ਆਪਾਂ ਜਗਤਾਰ ਜੱਗੀ ਕਿਉਂ ਬੋਲਦੇ ਹਾਂ, ਜਗਤਾਰ ਸਿੰਘ ਨਹੀਂ ਬੋਲ ਸਕਦੇ ਜੀ। ਮੈਂ ਨਾ ਇਹ ਚੀਜ਼ ਜਿਹੜੀ ਇੱਕ ਮੈਂ ਵੈਸੇ ਵੀ ਗੱਲ ਕਰਾਂ, ਜੇ ਅਸੀਂ ਪਹਿਲਾਂ ਪੰਜਾਬ 'ਚ ਜਗਤਾਰ ਜੱਗੀ, ਭਗਵੰਤ ਮਾਨ ਦੇ ਨਾਲ ਜਗਤਾਰ ਜੱਗੀ ਜ਼ਿਆਦਾ ਚੱਲਿਆ, ਪਰ ਉਦੋਂ ਵੀ ਮੈਨੂੰ ਸਾਡੇ ਘਰ ਦੇ ਜਿਹੜੇ ਉਹ ਜਗਤਾਰ ਹੀ ਕਹਿੰਦੇ ਸੀ, ਜਾਂ ਜਿਹੜਾ ਖਾਸ ਸਰਕਲ ਉਹ ਜਗਤਾਰ ਹੀ ਕਹਿੰਦਾ, ਇਕੱਲਾ ਜਗਤਾਰ, ਜਗਤਾਰ ਵੀ ਵਧੀਆ। ਹਾਂਜੀ, ਉਹ ਫਿਰ ਲੋਕਾਂ ਨੇ ਜਿੱਦਾਂ ਪਾਪੂਲਰ ਕਰਤਾ ਜੱਗੀ। ਚਲੋ ਐਨੀਵੇ, ਤੇ ਜਿਹੜੀ ਮੈਂ ਹਿੰਦੀ ਪੇਜ ਦੀ ਜਿਹੜਾ ਰੌਲਾ ਪੈ ਰਿਹਾ ਨਾ ਪੰਜਾਬੀ ਦਾ, ਇਹਦਾ ਇਹਦੇ ਬਾਰੇ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਬਈ, ਇਹ ਜਿਹੜੀ ਹਿੰਦੀ ਤੇ ਇੰਗਲਿਸ਼ ਹੈ ਨਾ ਜਗਤਾਰ ਸਿੰਘ ਦੀ, ਇਹ ਹੈਗੀਆਂ ਸੰਪਰਕ ਭਾਸ਼ਾ ਮੰਨੀਆਂ ਗਈਆਂ ਸਾਡੇ ਸੰਵਿਧਾਨ ਵਿੱਚ। ਇਹਨੂੰ ਰਾਸ਼ਟਰ ਭਾਸ਼ਾ ਉਦੋਂ ਵੀ ਨਹੀਂ ਮੰਨਿਆ ਗਿਆ ਜਦੋਂ ਅੰਬੇਡਕਰ ਜੀ ਨੇ ਬਣਾਇਆ ਨਾ ਸੰਵਿਧਾਨ, ਉਦੋਂ ਵੀ ਇਹਨੂੰ ਦਰਜਾ ਰਾਸ਼ਟਰੀ ਭਾਸ਼ਾ ਦਾ ਉਹਨੇ ਨਹੀਂ ਦਿੱਤਾ। ਉਹ ਬੜਾ ਸਮਝਦਾਰ ਸੀ ਬੰਦਾ, ਉਦੋਂ ਵੀ ਉਹਨਾਂ ਨੇ ਉਦੋਂ ਤੋਂ ਇਹ ਸੰਪਰਕ ਭਾਸ਼ਾ ਵਿੱਚ, ਜਿੱਦਾਂ ਆਪਾਂ ਹੋਰ ਕਿਸੇ ਸੂਬੇ ਵਿੱਚ ਜਾਂਦੇ ਹਾਂ ਤਾਂ ਸੰਪਰਕ ਕਰਨ ਲਈ ਇੰਗਲਿਸ਼ ਤੇ ਹਿੰਦੀ ਬਣਾਈ ਆ, ਇਹਨੂੰ ਅਜੇ ਵੀ ਸੰਪਰਕ ਦਾ ਭਾਸ਼ਾ ਦਾ ਹੀ ਦਰਜਾ ਹਾਸਲ ਹੈ ਤੇ ਹਿੰਦੀ ਦਾ ਹੁਣ ਇਹ ਰੌਲਾ। ਹੁਣ ਅੱਜ ਮਾਨ ਸਾਹਿਬ ਨੇ ਆਪਣੀ ਕੀਤੀ ਕਿਰਾਏ ਤੇ ਪਾਣੀ ਫੇਰ ਲਿਆ ਸਾਰਾ, ਕਹਿੰਦੇ ਨਾ ਜਦੋਂ ਵੀ ਬੋਲੋ ਤੋਲ ਕੇ ਬੋਲੋ, ਸੋਚ ਕੇ ਬੋਲੋ, ਤੋਲ ਕੇ ਬੋਲੋ। ਉਹ ਉੱਥੇ ਉਹਨੇ ਤੋਲਿਆ ਨਹੀਂ, ਆਪਣੇ ਪਹਿਲਾਂ ਸੋਚਿਆ ਨਹੀਂ ਫਿਰ ਤੋਲਿਆ ਵੀ ਨਹੀਂ, ਉੱਥੇ ਉਹ ਗਲਤੀ ਖਾ ਗਿਆ। 40-45 ਸਾਲ ਉਹ ਤੋਲਿਓ ਹੀ ਗਿਆ, ਪਰ ਜਦੋਂ ਬਦਖੋਈ ਹੋਣੀ ਹੈ ਉਹ ਹੋ ਹੀ ਜਾਂਦੀ ਹੈ, ਓਵਰ ਕੌਨਫੀਡੈਂਸ, ਕਹਿੰਦੇ ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰੀਏ, ਜਦੋਂ ਕਰਤਾਰੋਂ ਡਰਨ ਨੂੰ ਹਟਿਆ ਤੇ ਉਦੋਂ ਹੀ ਪੰਗਾ ਪੈ ਗਿਆ। ਹਾਂਜੀ, ਮਤਲਬ ਇਹ ਹੈ ਕਿ ਆਦਮੀ ਨੂੰ ਪਹਿਲਾਂ ਬੋਲਣ ਤੋਂ ਪਹਿਲਾਂ ਜ਼ਰੂਰ ਥੋੜ੍ਹਾ ਜਿਹਾ ਸੋਚ ਲੈਣਾ ਚਾਹੀਦਾ ਵੀ ਮੈਂ ਬੋਲ ਕੀ ਰਿਹਾ। ਉਹਨੇ ਜਿਹੜਾ ਲਫ਼ਜ਼ ਬੋਲਿਆ ਉੱਥੇ ਬੀਬੀਆਂ ਭੈਣਾਂ ਬੈਠੀਆਂ ਸੀ, ਕਿੰਨਾ ਬੁਰਾ ਲੱਗਿਆ ਸਾਰਿਆਂ ਨੂੰ ਉਹਦੀ। ਜਿੰਨੀ ਜਾਣੀ ਤੁਸੀਂ ਜਦੋਂ ਅਪ ਸ਼ਬਦ ਇੱਕ ਵਾਰ ਬੋਲ ਜਾਂਦੇ ਹੋ ਦੁਬਾਰਾ ਵਾਪਸ ਨਹੀਂ ਆਉਂਦਾ ਵਿੱਚ ਦੁਬਾਰਾ, ਫਿਰ ਉਹ ਤਾਂ ਫਿਰ ਬੋਲਿਆ ਗਿਆ, ਉਹ ਤਾਂ ਫਿਰ ਤੁਹਾਡਾ ਜਿਹੜਾ ਕੀਤੀ ਕਿਰਾਈ ਸਾਰੀ ਤੇ ਪਾਣੀ ਫੇਰ ਦਿੱਤਾ। ਇੱਕ ਸੰਦਰ ਸਾਹਿਬ ਜਦੋਂ ਬੰਦਾ ਨਾ ਜੀ ਤੋਂ ਉਮੀਦ ਨਾ ਹੋਵੇ ਕਿਸੇ ਗੱਲ ਦੀ, ਚਾਹੇ ਅਸੀਂ ਪੰਜਾਬ ਦੀ ਪਿੰਡ ਦੀ ਗੱਲ ਲਈਏ ਤੇ ਆਪਦੇ ਪਿੰਡ ਦੀ ਗੱਲ ਲਈਏ, ਜਿਹਦੀ ਇਮੇਜ ਵਧੀਆ ਬਣੀ ਹੈ, ਉਮੀਦ ਨਾ ਹੋ ਵੀ ਇਹ ਘਟੀਆ ਗੱਲ ਕਰ ਸਕਦਾ, ਜਦੋਂ ਉਹ ਘਟੀਆ ਗੱਲ ਕਰਦਾ ਤਾਂ ਉਦੋਂ ਬਾਅਦ ਪਿਛਲੀਆਂ ਕਈ ਨਿਕਲ ਆਉਂਦੀਆਂ। ਉਹ ਮੈਨੂੰ ਵੀ ਉਦੋਂ ਇਹਨੇ ਗਾਲਾਂ ਕੱਢੀਆਂ ਸੀ, ਮੈਂ ਕਿਹ ਜਗ੍ਹਾ ਫਲਾਣੀ ਜਗ੍ਹਾ ਸੀ ਉਦੋਂ ਉਹ ਐਂ ਕਰਤਾ ਸੀ ਜੋ, ਉਹ ਇੱਦਾਂ ਬਹੁਤ ਨਿਕਲ ਆਉਂਦੀਆਂ। ਪਰ ਇਹ ਚੀਜ਼ ਜਿਹੜੀ ਇਹ ਗੁਰਦਾਸ ਮਾਨ ਨੇ ਕਹੀ ਹੈ, ਮੈਂ ਤਾਂ ਕਹਿੰਦਾ ਕਿਸੇ ਪੱਖੋਂ ਸਾਡੇ ਪੰਜਾਬੀਆਂ ਵਾਸਤੇ ਸ਼ਾਇਦ ਚੰਗੀ ਹੋ ਜੇ, ਪੰਜਾਬੀ ਜੇ ਇਕੱਠੇ ਇਸ ਚੀਜ਼ 'ਤੇ ਇਕੱਠੇ ਹੋ ਜਾਣ ਤਾਂ ਵੀ ਬੜੀ ਵਧੀਆ ਗੱਲ ਹੈ। ਅਜੇ ਗੱਲ ਆਉਂਦੀ ਹੈ ਵਨ ਨੇਸ਼ਨ ਵਨ ਲੈਂਗੁਏਜ, ਪੰਗਾ ਉਦੋਂ ਪੈਣਾ ਜਦੋਂ ਉਦੋਂ ਬਾਅਦ ਉਹਨਾਂ ਨੇ ਕਹਿਣਾ ਵਨ ਨੇਸ਼ਨ ਵਨ ਰਿਲੀਜੀਅਸ, ਇੱਕ ਦੇਸ਼ ਇੱਕ ਧਰਮ। ਬਿਲਕੁਲ, ਹੁਣ ਜੰਮੂ ਕਸ਼ਮੀਰ ਜਿੱਦਾਂ ਉਹਨੇ ਕੀਤਾ, ਉਹਨੇ ਕਹਿਣਾ ਜਦ ਇਹਦੀ ਭਾਸ਼ਾ ਹੀ ਪੰਜਾਬ ਦੀ ਹਿੰਦੀ ਬਣਾ ਦੇਣੀ ਹੈ, ਤੁਸੀਂ ਕਹਿਣਾ ਇਹਨੂੰ ਹਿੰਦੁਸਤਾਨ 'ਚ ਤਾਂ ਆਟੋਮੈਟਿਕ ਕਸ਼ਮੀਰ ਨੂੰ ਮਿਲਾ ਲਿਆ, ਕੱਲ੍ਹ ਨੂੰ ਪੰਜਾਬ ਨੂੰ ਵੀ ਮਿਲਾ, ਛੋਟੇ ਛੋਟੇ ਰਾਜ ਜਿਹੜੇ ਇਹਨਾਂ ਦੇ ਵਰਕ ਲਾਫ ਹੈ, ਇਹ ਤਾਂ ਸਾਰਾ ਕੁਛ ਹੋਣਾ ਤਾਂ ਨਹੀਂ ਹੈ, ਹੋਣਾ ਔਖਾ ਹੈ ਪੰਜਾਬੀ ਮਿਲਣ ਵਾਲੇ ਹੁਣ, ਪਰ ਇਹਨੂੰ ਹੁਣ ਸਤਿਕਾਰ ਨਹੀਂ ਦੇਣਾ ਚਾਹੀਦਾ, ਇਹਨੇ ਬਹੁਤ ਗਲਤ ਕੀਤਾ, ਇਹਨੂੰ ਸੌਖਾ ਨਹੀਂ। ਪਰ ਜੇ ਉਹਨਾਂ ਨੇ ਅਸੀਂ ਅੱਜ ਗੱਲ ਕਰੀਏ, ਅੱਜ ਧੂਣੀ ਬਾਲਤੀ ਹੈ ਤੇ ਉਹ ਕਿਤੇ ਨਾ ਕਿਤੇ ਭਾਂਬੜ ਬਣ ਸਕਦੀ ਆਉਣ ਵਾਲੇ ਸਮੇਂ 'ਚ, ਇਹ ਚੀਜ਼ ਸਾਨੂੰ ਨਹੀਂ ਭੁੱਲਣੀ ਚਾਹੀਦੀ। ਅੱਛਾ, ਦੋ ਲਾਈਨਾਂ ਕੁਛ ਸੁਣਾਉਣੀ ਤੁਸੀਂ ਕਿ ਆਪਾਂ, ਮੈਂ ਅਗਲੀ ਗੱਲ ਲਵਾਂ। ਨਹੀਂ, ਮੈਂ ਅੱਜ ਨਹੀਂ ਸੁਣਾਵਾਂਗਾ ਕਿਉਂਕਿ ਇਹਦੇ ਬਾਰੇ ਗੱਲ ਕੀਤੀ ਹੈ, ਮੈਂ ਜ਼ਿਆਦਾ ਸਮਾਂ ਨਹੀਂ, ਹੋਰ ਵੀ ਕਾਲਰ ਬਹੁਤ ਜ਼ਿਆਦਾ ਆ। ਮਿਹਰਬਾਨੀ, ਬਹੁਤ ਮਿਹਰਬਾਨੀ ਜੀ, ਬਹੁਤ ਚੰਗੀ ਗੱਲ, ਬਹੁਤ ਚੰਗੀ ਗੱਲ, ਸਮੇਂ ਦੀ ਕਦਰ ਕਰੀ। ਹੈਲੋ, ਹੈਲੋ ਜੀ, ਹਾਂਜੀ ਹਾਂਜੀ, ਸੁਰਿੰਦਰ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ, ਹੋਰ ਜੱਗੀ ਵੀਰੇ? ਵਧੀਆ ਜੀ, ਵਧੀਆ ਵਧੀਆ। ਪੰਜਾਬੀ ਦੇਖੋ ਕਿੰਨੀ ਵਧੀਆ ਭਾਸ਼ਾ ਹੈ, ਕਿਸੇ ਨੂੰ ਐ ਆ ਕਿ ਅੰਗਰੇਜ਼ੀ 'ਚ ਜੇ ਕਹਿਣਾ ਹੋਵੇ ਡੰਗਰ ਮੋੜਨਾ ਹੋਵੇ ਤਾਂ ਮੁੜ ਸਕਦਾ ਹੈ? ਨਾ ਜੀ ਨਾ, ਪੰਜਾਬੀ ਭਾਸ਼ਾ ਕਿੱਥੇ, ਇਹਦੇ ਤਾਂ ਕਈ ਹੁਣ ਅੰਗਰੇਜ਼ੀ ਦੇ ਬੋਲੇ ਨਹੀਂ, ਉਹ ਬੱਲੇ ਪੰਜਾਬੀ 'ਚ ਜਾਂਦੇ, ਅੰਗਰੇਜ਼ੀ ਉਹਦੀ ਬਣਦੀ ਕੋਈ ਨਹੀਂ। ਹੁਣ ਅਸੀਂ ਸਾਡੇ ਜਿੰਨੇ ਕੈਸਟਰਾਂ ਵਾਲੇ ਚੁਟਕਲੇ ਸੀਗੇ ਜਾਂ ਗੱਲਾਂ ਸੀ ਜਾਂ ਐਟਮਾਂ ਸੀ,
ਹਾਂਜੀ ਉਹਨੂੰ ਕਦੇ ਵੀ ਅੰਗਰੇਜ਼ੀ 'ਚ ਸੁਣਾਉਣ ਦੀ ਗੱਲ ਕਰੀਏ, ਕੋਸ਼ਿਸ਼ ਕਰੀਏ ਤਾਂ ਉਹ ਗੱਲ ਬਣੀ ਨਹੀਂ ਸਕਦੀ। ਕਦੇ ਵੀ ਨਹੀਂ ਬਣ ਸਕਦੀ ਜੀ, ਕਦੇ ਵੀ ਨਹੀਂ ਬਣ ਸਕਦੀ ਅੰਗਰੇਜ਼ੀ ਜਿਹੜੀ ਵੀ। ਹਜੇ ਇੱਦਾਂ ਦੇ ਕਈ ਸ਼ਬਦ ਅੰਗਰੇਜ਼ੀ ਦੇ ਜਿਹੜੇ ਉਹ ਪੰਜਾਬੀ 'ਚ ਬੋਲੇ ਜਾਂਦੇ, ਅੰਗਰੇਜ਼ੀ ਉਹਨਾਂ ਦੀ ਕੋਈ ਹੈ ਹੀ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਚਲੋ ਕਾਫੀ ਰੌਲਾ ਪਿਆ ਜੀ ਪੰਜਾਬੀ ਦਾ, ਚਲੋ ਆਪਾਂ ਤਾਂ ਹੈਗੇ ਹੀ ਪੰਜਾਬੀ 'ਚ ਗੱਲ ਕਰੀਏ। ਚਲੋ ਵਧੀਆ ਰਾਜ, ਜਿਹੜਾ ਤੂੰ ਹੁਣ ਗਾਣਾ ਸੁਣਾਇਆ ਸੀ ਨਾ ਇੱਕ ਵਾਰੀ, ਇਹ ਮੇਰੇ ਮੈਨੂੰ ਕੱਢਣਾ ਕੁੱਢਣਾ ਤਾਂ ਆਉਂਦਾ ਨਹੀਂ, ਉਦਾਂ ਕਿਤੇ ਯੂਟਿਊਬ ਤੋਂ ਮੇਰੇ ਮੂਹਰੇ ਆ ਗਿਆ ਹੱਥ 'ਚ ਇਹ ਗਾਣਾ। ਅੱਛਾ, ਤੇ ਮੈਂ ਇਹਨੂੰ 15 ਦਿਨ ਲੱਗੀ ਦੇਖ ਲਾ, ਰੋਜ਼ 3-3 ਵਾਰੀ ਸੁਣਦਾ ਰਿਹਾ ਗਾਣੇ ਨੂੰ। ਇਹ ਜਿਹੜਾ ਲੋਕ ਤੱਤ ਸੀਗਾ ਫਿਲਮ ਦੇ ਵਿੱਚ ਨਾ, ਉਹ ਸਟੇਜ ਤੇ ਗਾਇਆ ਸੀ, ਜਿਹੜੀ ਕੋਈ ਕੋਈ ਸੁਣਦਾ ਹੋਵੇ ਤਾਂ ਤਤੀ ਦਾ ਦੇਵੇ ਸੁਨੇਹਾ ਜਾ ਕੇ। ਅੱਛਾ, ਉਹ ਨਸੀਬੋ ਫਿਲਮ ਦਾ ਸੀਗਾ, ਉਹ ਦਿਲਸ਼ਾਦ ਅਖਤਰ ਦਾ ਜਿਹੜਾ ਗਾਣਾ ਸੀ, ਬਹੁਤ ਵਧੀਆ ਗਾਣਾ ਆ ਇਹ ਸੁਣਨ ਵਾਲਾ ਜੀ। ਕਮਲ ਉਹਦੇ ਚ ਹੀਰੋਇਨ ਸੀਗੀ, 16 ਸਾਲਾਂ ਦੀ ਸੀ। ਹਾਂ ਜੀ, ਤੇ ਆਪਾਂ ਅੱਜ ਬਾਬੂ ਜੀ ਦੀ ਗੱਲ ਕਰਦੇ ਆ, ਚ ਗ੍ਰੰਥ ਦੀ ਗੱਲ ਵੀ ਆ ਜਾਣੀ ਆ, ਬੋਲੀ ਦੀ ਵੀ ਆ ਜਾਣੀ ਆ, ਪੰਜਾਬ ਦੀ ਵੀ ਆ ਜਾਣੀ ਜੀ, ਸਾਰੀਆਂ ਆ ਜਾਣੀਆਂ। ਕਹਿੰਦੇ ਨੀਚ ਸੇ ਪਿਆਰ ਹੋ ਜੇ, ਨਾਰ ਬਦਕਾਰ ਹੋ ਜਾ, ਬਾਲਕਾ ਬਿਮਾਰ ਹੋ ਜਾ, ਉਹ ਨਾ ਰੋਣੋ ਥੰਮਦਾ, ਗੇਹੂੰ ਚ ਪਿਆਜੀ ਹੋ ਜਾ, ਬਾਣੀਆਂ ਲਿਹਾਜੀ ਹੋ ਜਾ, ਭਾਈਆਂ ਚ ਨਰਾਜੀ ਹੋ ਜਾ, ਹਰਜ ਕੁਟੰਬਦਾ, ਕੁਣਕੇ ਚ ਗੰਢ ਤੇ ਗ੍ਰੰਥ ਵੱਲ ਕੰਡ ਹੋ ਜਾ, ਕੁਣਕੇ ਚ ਗੰਢ ਤੇ ਗ੍ਰੰਥ ਵੱਲ ਕੰਡ ਹੋ ਜਾ, ਜੇ ਕਪਾਹ ਕਰੰਡ ਹੋ ਜਾ, ਨਾ ਬੜੇਵਾਂ ਜੰਮਦਾ, ਬਾਬੂ ਜੇ ਰੋਬੀ ਹੋ ਜਾ ਤੇ ਨਰਾਸੂ ਗੋਭੀ, ਨਰਾਸੂ ਗੋਭੀ ਹੋ ਜਾ, ਬਾਬੂ ਜੇ ਰੋਬੀ ਹੋ ਜਾ, ਨਸਾਰੂ ਗੋਭੀ ਹੋ ਜਾ, ਜੋ ਪਖੀਰ ਲੋਭੀ ਹੋ ਜਾ, ਉਹ ਨਹੀਂ ਰਹਿੰਦਾ ਕੰਮ ਦਾ, ਸੂਰਮੇ ਦੀ ਹਾਨੀ ਹੋ ਜਾ, ਨਸਾਰੂ ਨਸਾਰੂ ਹਾਂਜੀ, ਸੂਰਮੇ ਦੀ ਹਾਨੀ ਹੋ ਜਾ, ਹੋਛਾ ਜੇ ਗਿਆਨੀ ਹੋ ਜਾ, ਆਗੂ ਜੇ ਜਨਾਨੀ ਹੋ ਜਾ, ਉਹ ਨਹੀਂ ਝੁੱਗੀ ਵੱਸਦੀ, ਕਮਜ਼ੋਰ ਪੁੱਤਰ ਲੰਡੌਰ ਹੋ ਜਾ, ਜੇ ਸਿਆਣੂ ਚੋਰ ਤਾਂ ਪੁਲਿਸ ਰੋਜ਼ ਧੱਸਦੀ, ਮੌਤ ਜੇ ਵਿਆਹ 'ਚ ਹੋ ਜਾ, ਮੀਂਹ ਝੜੀ ਗਾਹ 'ਚ ਹੋ ਜਾਏ, ਜੇ ਜਵਾਕ ਰਾਹ 'ਚ ਹੋ ਜਾਏ, ਦੁਖੀ ਜਾਲ ਫਸਦੀ, ਸੱਪ ਜੇ ਅਸੀਲ ਹੋ ਜਾਏ, ਖਾਰ ਜੇ ਅਪੀਲ ਹੋ ਜਾਏ, ਬੋਰੀਆ ਵਕੀਲ ਹੋ ਜਾਏ, ਵੇਖ ਲੋਕੀ ਹੱਸਦੀ, ਲੰਗਾ ਕਹਿੰਦਾ ਲੱਤੋਂ ਲੰਗਾ ਬੈਲ ਹੋ ਜਾਏ, ਬੁੜਾ ਜੇ ਬੇਟਹਿਲ ਹੋ ਜਾਏ, ਲੱਤੋਂ ਲੰਗਾ ਬੈਲ ਹੋ ਜਾਏ, ਬੁੜਾ ਜੇ ਬੇਟਹਿਲ ਹੋ ਜਾਏ, ਫੀਮ ਦਾ ਜੇ ਬੈਲ ਹੋ ਜਾਏ, ਫੀਮ ਦਾ ਜੇ ਬੈਲ ਹੋ ਜਾਏ, ਏਦੂ ਦੁੱਖ ਕੋਈ ਨੀ, ਕੋੜ ਦਾ ਜੇ ਦੁੱਖ ਹੋ ਜਾਏ, ਬਾਅਦ 'ਚ ਟੇਢਾ ਰੁੱਖ ਹੋ ਜਾਏ, ਗੁਰ ਤੋਂ ਬੇਮੁੱਖ ਹੋ ਜਾਏ, ਦੋ ਜਹਾਨੀ ਢੋਈ ਨੀ, ਨੀਤ ਨਾ ਫਰਕ ਤੇ ਰਸਾਇਣ ਨਾ ਨਰਕ ਹੋ ਜਾਏ, ਬੇੜੀ ਜੇ ਗਰਕ ਹੋ ਜਾਏ, ਨਿਕਲੇ ਡਬੋਈ ਨੀ, ਰਾਜੇ ਤੇ ਚੜਾਈ ਹੋ ਜਾਏ, ਜੇ ਖਰਾਬ ਜੁਆਈ ਹੋ ਜਾਏ, ਅਖਾੜੇ ਚ ਲੜਾਈ ਹੋ ਜਾਏ, ਬਾਬੂ ਚੰਗੀ ਹੋਈ ਨਹੀਂ। ਜੀ ਜੀ ਜੀ, ਬਹੁਤ ਮਿਹਰਬਾਨੀ। ਕਾਜੀ ਤੋਂ ਹਰਾਮ ਜੇ, ਇੱਕ ਰਹਿ ਗਿਆ ਟੱਪਾ ਬਸ, ਕਾਜੀ ਤੋਂ ਹਰਾਮ ਬਹੂ ਘਰੋਂ ਲਾਮ ਹੋ ਜਾਏ, ਪੈਂਚ ਬਦਨਾਮ ਹੋ ਜਾਏ, ਉਹਨੂੰ ਪਿੰਡ ਮੰਨੇ ਨਾ, ਫੱਟ ਵਿੱਚ ਰਾਧ ਹੋ ਜਾਏ, ਘਰ ਬਰਬਾਦ ਹੋ ਜਾਏ, ਖੁਸ਼ਕ ਕਮਾਦ ਹੋ ਜਾਏ, ਉਹਦੇ ਸਵਾਦ ਗੰਨੇ ਨਾ, ਮੱਲ ਜੇ ਜਾਸ਼ ਹੋ ਜਾਏ, ਜੇ ਗਰਮ ਚਾਸ਼ ਹੋ ਜਾਏ, ਬੰਦਾ ਬਦਮਾਸ਼ ਹੋ ਜਾਏ, ਉਹ ਤੋਂ ਭਲੀ ਬੰਨੇ ਨਾ, ਬਿਨਾਂ ਨੰਬਰ ਨੋਟ ਐਲਕਾਰ ਤੇ ਰਿਪੋਰਟ, ਤੇ ਬਣਾਈ ਵਿੱਚ ਟੋਟ ਹਰ ਇੱਕ ਬਾਬੂ ਬੰਨੇ ਨਾ, ਤੇ ਬਣਾਈ ਵਿੱਚ ਟੋਟ ਹਰ ਇੱਕ ਬਾਬੂ ਬੰਨੇ ਨਾ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਸਮਾਂ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਲੰਬੇ ਬਹੁਤ ਨਾ ਹੋ ਜਾਂਦੇ, ਬੱਚੇ ਕਹਿੰਦੇ ਕੌਰ ਸਿੰਘ ਰੱਖਣੇ ਹੀ ਨੀਗੇ। ਨਹੀਂ ਬਹੁਤ, ਪਰ ਇਹ ਬਹੁਤ ਸੋਚਣ ਵਾਲੀ ਗੱਲ ਹੈ, ਅਸੀਂ ਜਦੋਂ ਪੰਜਾਬ ਹੁੰਦੇ ਸੀ ਉਦੋਂ ਮਹਿਸੂਸ ਨਹੀਂ ਹੁੰਦੀ ਸੀ ਇਹ ਚੀਜ਼। ਹਾਂਜੀ, ਹੁਣ ਜਿਹੜਾ ਗੁਰਦਾਸ ਮਾਨ ਨੇ ਸਾਰੀ ਉਮਰ ਤਾਂ ਸੋਹਣਾ ਕੀਤਾ, ਉਹ ਕਹਿੰਦੇ ਜਦੋਂ ਦਿਮਾਗ ਖਰਾਬ ਹੁੰਦਾ ਹੈ ਨਾ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਹੋ ਜਾਣਾ ਆ। ਬਿਲਕੁਲ ਜੀ ਬਿਲਕੁਲ, ਕਹਿੰਦੇ ਉਹ ਤੋਂ ਜਿਹੜਾ ਟੈਂਪਰ ਲੂਜ ਹੋ ਗਿਆ, ਉਹ ਸਾਰੀ ਉਮਰ ਦੇ ਕੀਤਾ ਉਹਨੇ ਕੰਟਰੋਲ, ਸਾਰੀ ਹਾਂਜੀ ਸਾਰਾ ਉਹ ਆਊਟ ਆਫ ਕੰਟਰੋਲ ਹੋ ਗਿਆ। ਹਾਂ, ਪਰ ਕੀਤਾ, ਇੱਕ ਤਾਂ ਗੱਲ ਬਹੁਤ ਮਾੜੀ ਗੱਲ ਹੋਈ ਆ। ਹਾਂ, ਦੂਜਾ ਸਾਡੇ ਬੱਚੇ ਕੀ ਜੋ ਨਿੱਕਿਆ ਨਿਆਣਾ ਸਾਰੇ ਗਾਣੇ ਉਹਦੇ ਸੁਣਦੇ ਆ। ਹਾਂਜੀ, ਅਸੀਂ, ਮੈਂ ਚੰਡੀਗੜ੍ਹ ਰਹਿੰਦਾ ਸੀ, ਅਸੀਂ ਹੋਰ ਕੋਈ ਕੈਸਟਾਂ ਹੁੰਦੀਆਂ ਨਹੀਂ ਸੀ। ਗੁਰਦਾਸ ਮਾਨ ਨੂੰ 82 ਦੀ ਪਹਿਲੀ ਕੈਸਟ ਆਈ ਹੈ ਤੇ 82 ਤੋਂ ਹੀ ਸੁਣਦੇ ਆ ਰਹੇ ਹਾਂ। ਔਰ ਪੰਜਾਬ ਤੋਂ ਬਾਹਰ ਹਾਂਜੀ, ਹੰਕਾਰਾਂ ਤੇ ਜਾਂਦੇ ਆ, ਟਰੱਕਾਂ ਤੇ ਜਾਂਦੇ ਆ, ਨਿਆਣੇ ਉਹਦੀਆਂ ਟੇਪਾਂ ਲਾਉਂਦੇ, ਉਹਨੇ ਸੁਣਦੇ, ਉਹਨੂੰ ਕਹਿੰਦੇ ਕੋਈ ਬਾਬਾ ਬੋਰਡ ਕਹਿੰਦਾ, ਕੋਈ ਕੁਛ ਕਹਿੰਦਾ ਆ। ਚਲੋ ਜੀ, ਚਲੋ ਹਾਂਜੀ, ਚਲੋ ਹੁਣ ਚਲੋ, ਟਾਈਮ ਜਿਹੜਾ ਜੀ, ਟਾਈਮ ਮਾੜੀ ਗੱਲ ਹੋਈ, ਬਹੁਤ ਹਾਂਜੀ ਮੰਦਭਾਗੀ, ਬਹੁਤ ਮਾੜੀ ਗੱਲ ਹੋਈ ਆ, ਹਾਂਜੀ ਮੰਦਭਾਗੀ ਗੱਲ ਹੋਈ ਆ। ਹਾਂਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਗਲਤ ਅਸਲ 'ਚ ਗੱਲ ਗੱਲ ਕਰਨ ਦੀ ਨਹੀਂ ਹੈਗੀ, ਔਰ ਬੜੇ ਚੰਗੇ ਕੰਮ ਵੀ ਕੀਤੇ, ਪਰ ਇਹ ਸਿਆਣੇ ਇਹ ਕਹਿੰਦੇ ਆ ਵੀ ਜਦੋਂ ਕਿਤੇ ਐਸੀ ਗੱਲ ਕੋਈ ਹੋ ਜਾਏ, ਮੂੰਹੋਂ ਨਿਕਲ ਜਾਏ, ਕਹਿੰਦੇ ਵੀ ਤੀਰ ਕਮਾਨੋਂ ਅਤੇ ਬੋਲ ਜ਼ਬਾਨੋਂ ਨਿਕਲ ਜਾਂਦਾ ਅਤੇ ਬਾਅਦ 'ਚ ਪੈਂਦਾ ਨਹੀਂ ਵਾਪਸ। ਸੋ ਇਹ ਜਦੋਂ ਕੁਦਰਤ ਨੇ, ਚਲੋ ਕੋਈ ਵੀ ਭਾਣਾ ਇਹ ਵਰਤਿਆ, ਤਾਂ ਮੇਰੇ ਹਿਸਾਬ ਦੇ ਨਾਲ ਜਿੱਥੇ ਇਹ ਗੱਲ ਮਾੜੀ ਹੈ
ਉਸ ਤੋਂ ਮਾੜੀ ਗੱਲ ਜੋ ਉਹਨਾਂ ਨੇ ਸਟੇਜ 'ਤੇ ਬੋਲਿਆ ਆਪਣੇ ਵਿਰੋਧ ਕਰ ਰਹੇ ਬੰਦਿਆਂ ਦੇ, ਅਤੇ ਉਸ ਤੋਂ ਵੀ ਮਾੜੀ ਗੱਲ ਇਹ ਹੈਗੀ ਆ ਕਿ ਸਾਡੀ ਅਸੀਂ ਪੰਜਾਬੀ ਜਿਹਨੂੰ ਮਾਂ ਬੋਲੀ ਕਹਿੰਦੇ ਹਾਂ ਉਹਨੂੰ ਦੱਬਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਹਰ ਬੋਲੀ ਬੋਲੋ, ਸਿੱਖਣੀ ਚਾਹੀਦੀ ਹਰ ਬੋਲੀ, ਇਹ ਗੁਰਦਾਸ ਮਾਨ ਨੇ ਕਿਹਾ ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ, ਪਰ ਹਰ ਬੋਲੀ ਕਿਸੇ 'ਤੇ ਥੋਪਣੀ ਵੀ ਨਹੀਂ ਚਾਹੀਦੀ। ਇਹ ਵੀ ਗੱਲ ਨਾਲ ਥੋਪ ਨਹੀਂ ਸਕਦੇ ਅਸੀਂ, ਨਾ ਪੰਜਾਬੀਆਂ ਨੇ ਥੋਪਣ ਦੇਣੀ ਹੈ। ਸੋ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਫਿਰ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਦਿੰਦੇ ਤੁਹਾਡੀਆਂ ਕਾਲਾਂ, ਜਾਣਦੇ ਤੁਹਾਡੇ ਵਿਚਾਰ। ਵੈਸੇ ਸਿਆਣੇ ਕਹਿੰਦੇ ਨੇ ਕਿ ਜੇ ਕਿਸੇ ਨੂੰ ਬਦਦੁਆ ਦੇਣੀ ਹੋਵੇ ਤਾਂ ਇਹ ਸਭ ਤੋਂ ਵੱਡੀ ਬਦਦੁਆ ਕਿ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਔਰ ਮਾਂ ਬੋਲੀ ਭੁੱਲ ਨਹੀਂ ਸਕਦੀ, ਜਿਹਨੇ ਮਾਂ ਬੋਲੀ 'ਚ ਲੋਰੀਆਂ ਲਈਆਂ ਉਹਨੂੰ ਤਾਂ ਮਾਂ ਬੋਲੀ ਭੁੱਲ ਨਹੀਂ ਸਕਦੀ। ਜਿਹਨੇ ਹੁਣ ਲੋਰੀਆਂ ਅੰਗਰੇਜ਼ੀ 'ਚ ਲਈਆਂ, ਟਵਿੰਕਲ ਟਵਿੰਕਲ ਲਿਟਲ ਸਟਾਰ, ਅਤੇ ਉਹਨੂੰ ਤਾਂ ਮਾਂ ਬੋਲੀ ਕੀ ਯਾਦ ਰਹਿਣੀ ਆ। ਸੋ ਜਿਹਨਾਂ ਨੇ ਲੋਰੀਆਂ ਮਾਂ ਬੋਲੀ 'ਚ ਲਈਆਂ ਉਹਨਾਂ ਨੂੰ ਨਹੀਂ ਭੁੱਲ ਸਕਦੀ। ਕੀ ਵਿਚਾਰ ਨੇ ਤੁਹਾਡੇ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਮੈਂ ਜੀ ਬਲਵਿੰਦਰ ਸਿੰਘ ਬੋਲ ਰਿਹਾ ਜੀ। ਜੀ ਬਲਵਿੰਦਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਕੁਛ? ਮੈਂ ਜੱਗੀ ਜੀ ਦੋ ਤੁਹਾਨੂੰ ਸਵਾਲ ਪੁੱਛਣੇ ਚਾਹੁੰਦਾ ਜੀ, ਕਿ ਤੁਹਾਡਾ ਨਾਂ ਜੱਗੀ ਦਾਸ ਆ, ਜੱਗੀ ਰਾਮਨ ਜਾਂ ਜਗਤਾਰ ਸਿੰਘ ਜੱਗੀ ਆ? ਗੁਰਦਾਸ ਸਾਹਿਬ ਦਾ ਨਾਂ ਗੁਰਦਾਸ ਸਿੰਘ ਮਾਨ ਆ ਜਾਂ ਗੁਰਦਾਸ ਦੇਵ ਆ ਜਾਂ ਗੁਰਦਾਸ ਦਾਸ ਆ? ਤੁਸੀਂ ਜਿਹੜਾ ਪੰਜਾਬੀ ਬੋਲੀ ਦਾ ਬਾਰ ਬਾਰ ਢੌਂਕਾ ਲਾਇਆ, ਪੰਜਾਬੀ ਬੋਲੀ ਨੂੰ ਤੇ ਅਸੀਂ ਖੁਦ ਹੀ ਖਤਮ ਕਰ ਰਹੇ ਹਾਂ। ਮੈਂ ਵੀ ਬਲਵਿੰਦਰ ਸਿੰਘ ਜੀ ਇਹੀ ਗੱਲ ਕੀਤੀ ਹੈ, ਕੋਈ ਨਹੀਂ ਖਤਮ ਕਰ ਸਕਦਾ, ਸਾਨੂੰ ਕੋਈ ਡਿਮੋਲਿਸ਼ ਨਹੀਂ ਕਰ ਰਿਹਾ, ਅਸੀਂ ਖੁਦ ਕਰ ਰਹੇ ਹਾਂ। ਅਸੀਂ ਬਾਹਰ ਆਏ, ਅਸੀਂ ਅੰਗਰੇਜ਼ੀ ਸਿੱਖੀ, ਅਸੀਂ ਬਾਹਰ ਆਏ, ਅਸੀਂ ਸਪੈਨਿਸ਼ ਸਿੱਖੀ। ਸਿੱਖਣੀ ਮਾੜੀ ਗੱਲ ਨਹੀਂ। ਨਹੀਂ ਤੇ ਦੇਖੋ, ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਡੇ ਸ਼ੇਅਰ ਕਰਨੀ ਆ ਜੀ। ਸਵਿਟਜ਼ਰਲੈਂਡ ਕੰਟਰੀ ਆ ਜਿੱਥੇ ਚਾਰ ਪਾਰਟ ਆ, ਇਟਾਲੀਅਨ ਪਾਰਟ, ਸਵਿਸ ਪਾਰਟ, ਜਰਮਨ ਪਾਰਟ ਐਂਡ ਇਟਾਲੀਅਨ ਪਾਰਟ ਐਂਡ ਫ੍ਰੈਂਚ ਪਾਰਟ, ਇੱਕ ਹੋ ਰਿਹਾ, ਚਾਰ ਆ, ਚਾਰ ਬੋਲੀਆਂ ਤੇ ਉਹਨਾਂ ਦੀਆਂ ਹੈ ਹੀ ਨੇ, ਠੀਕ ਹੈ। ਇੱਕ ਉਹਨਾਂ ਦੀ ਨੈਸ਼ਨਲ ਬੋਲੀ ਆ, ਪੰਜ ਹੋ ਗਈਆਂ ਜੀ। ਇੱਕ ਉਹਨਾਂ ਦੀ ਅੰਗਰੇਜ਼ੀ, ਉਹਨਾਂ ਨੂੰ ਸਾਰਿਆਂ ਨੂੰ ਆਉਂਦੀ ਆ, ਛੇ ਹੋ ਗਈਆਂ ਜੀ। ਤੇ ਇੱਕ ਸਪੈਨਿਸ਼ ਉਹਨਾਂ ਨੂੰ ਆਮ ਲੋਕਾਂ ਨੂੰ ਆਉਂਦੀ, ਉਹ ਸੱਤ ਅੱਠ ਬੋਲੀਆਂ ਬੋਲਦੇ ਆ, ਔਰ ਸਭ ਤੋਂ ਰਿਚੈਸਟ ਕੰਟਰੀ ਆ ਦੁਨੀਆ ਦਾ। ਮੈਨੂੰ ਮਾਫ ਕਰਨਾ, ਇਹਦੇ ਆਪਾਂ ਬਹੁਤਾ ਇੱਕ ਦੂਜੇ ਨੂੰ ਪ੍ਰੋਟੈਕਟ ਨਾ ਕਰੀਏ, ਅਸੀਂ ਪੰਜਾਬੀ ਨੂੰ ਆਪ ਹੀ ਖਤਮ ਕਰ ਰਹੇ ਹਾਂ। ਧੰਨਵਾਦ ਜੀ, ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਗੱਲ ਤਾਂ ਮੈਂ ਵੀ ਇਹੀ ਕਹਿ ਰਿਹਾ ਸੀ, ਕੋਈ ਕਿਸੇ ਨੂੰ ਖਤਮ ਨਹੀਂ ਕਰ ਸਕਦਾ, ਜਿੰਨੀ ਦੇਰ ਅਸੀਂ ਆਪ ਨਹੀਂ ਖਤਮ ਕਰਾਂਗੇ ਉਨੀ ਦੇਰ ਪੰਜਾਬੀ ਬੋਲੀ ਖਤਮ ਨਹੀਂ ਹੁੰਦੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਨਜੀਤ ਸਿੰਘ ਜੀ। ਹਾਂਜੀ ਹਾਂਜੀ ਜੀ, ਜਿਹੜੇ ਜਿਹੜੀ ਕੋਈ ਜਵਾਨ ਆ, ਕੁਛ ਵੀ ਆ, ਕੋਈ ਬੰਦਾ ਨਹੀਂ ਖਤਮ ਕਰ ਸਕਦਾ ਜੀ। ਤੇ ਗੁਰਦਾਸ ਮਾਨ ਵੀ ਸਾਰੀ ਜ਼ਿੰਦਗੀ ਬੜੀ ਸੋਭਾ ਕੱਟੀ ਆ ਜੀ। ਉਹ ਕਹਿੰਦੇ ਹੁੰਦੇ ਯਾਰ, ਬੰਦੇ ਯਾਰ ਕੋਈ ਟਾਈਮ ਹੀ ਇੱਦਾਂ ਦਾ ਆ ਜਾਵੇ ਤਾਂ ਫਿਰ ਕੋਈ, ਹਾਂ ਟਾਈਮ ਇੱਦਾਂ ਦਾ ਆ ਜਾਵੇ ਸਬੱਬ, ਇਹ ਆਪਾਂ ਸੋਚਦੇ ਹਾਂ ਨਾ, ਕੁਦਰਤ ਤਾਂ ਏਦਾਂ ਦੀ ਚੀਜ਼ ਆ ਨਾ, ਕਿਸੇ ਬੰਦੇ ਨੂੰ ਤਾਹਾਂ ਚਾੜਨਾ ਬਹੁਤ ਸੋਭਾ ਹੀ ਹੁੰਦੀ ਆ। ਤੇ ਜਦੋਂ ਕਿਤੇ ਨਾ ਕੋਈ ਮਾੜਾ ਟਾਈਮ ਆ ਜਾਵੇ, ਚੰਗਾ ਭਲਾ ਬੰਦਾ ਉਹ ਵੀ ਥੱਲੇ ਲੈ ਪੈਂਦਾ। ਬਿਲਕੁਲ ਜੀ, ਫਿਲਹਾਲ ਤੱਕ ਸਿਰਫ ਇੱਕੋ ਇੱਕ ਕਲਾਕਾਰ ਪੰਜਾਬ ਦਾ ਹੈਗਾ ਸੀ ਜਿਹੜਾ, ਜਿਹਦੇ ਸ਼ੋਅ ਦੇ ਵਿੱਚ ਲੜਾਈ ਨਹੀਂ ਹੁੰਦੀ ਸੀਗੀ, ਜਾਂ ਸਾਰੀਆਂ ਫੈਮਿਲੀਆਂ ਦੇਖਦੀਆਂ ਸੀ, ਜਾਂ ਜਿਹਦੇ ਸ਼ੋਅ ਦੀ ਵੇਟ ਹੁੰਦੀ ਸੀ, ਸਿਰਫ ਉਹ ਇਹੀ ਇੱਕੋ ਇੱਕ ਕਲਾਕਾਰ ਸੀ। ਹੁਣ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਸ ਚੀਜ਼ ਨੂੰ ਵੀ ਫਰਕ ਪਏਗਾ। ਹਾਂਜੀ, ਇਹਦਾ ਸ਼ੋਅ ਮੈਂ ਦੇਖੇ ਇੰਨਾ ਇੰਜੋਏ, ਜੋ ਮੈਂ ਇਹਦਾ ਸ਼ੋਅ ਦਾ ਇੰਜੋਏ ਕੀਤਾ ਕਿਸੇ ਕਲਾਕਾਰ ਤੱਕ ਕੀਤਾ ਨਹੀਂ ਹੋਣਾ। ਤੇ ਉਹ ਕਈ ਵਾਰ ਨਾ ਫਿਰ ਹੋਈ ਹੋ ਜਾਂਦੀ ਆ, ਬੰਦਾ ਬਾਅਦ ਚ ਬੰਦਾ ਮੱਥੇ ਤੇ ਵੀ ਹੱਥ ਮਾਰਦਾ ਮੈਂ ਗਲਤੀ ਕੀਤੀ ਆ, ਕੋਈ ਏਦਾਂ ਦਾ ਕੰਮ ਹੋ ਜਾਂਦਾ। ਪਰ ਉਹਨਾਂ ਨੇ ਮੱਥੇ ਤੇ ਹੱਥ ਨਹੀਂ ਮਾਰਿਆ, ਉਹਨਾਂ ਨੇ ਲੋਕਾਂ ਵੱਲ ਨੂੰ ਮਾਰਿਆ। ਅੱਛਾ, ਇੱਕ ਸ਼ਾਇਦ ਇਹ ਵੀ ਤਾਂ ਨਹੀਂ ਕਿਤੇ ਗੱਲ, ਸਿਆਣੇ ਕਹਿੰਦੇ ਹੁੰਦੇ ਜੋ ਬਜ਼ੁਰਗ ਬੰਦਾ ਹੋ ਜਾਂਦਾ, ਖਰੇ ਬਜ਼ੁਰਗ ਦੇਖਣ ਨੂੰ ਤਾਂ ਲੱਗਦੇ ਨਹੀਂ, ਵੈਸੇ 60 ਤੋਂ ਉੱਪਰ, 62 ਅਤੇ 63 ਦੇ ਨੇ, 62 ਠੀਕ ਹੈ। ਅਤੇ ਉਹ ਕਹਿੰਦੇ ਨਹੀਂ ਪਿੰਜਰ ਪਿੰਡਾਂ ਦੇ ਵਿੱਚ ਵੀ ਸੱਠਿਆ ਆ ਗਿਆ ਬੰਦਾ। ਪਬਲਿਕ ਫਿਗਰ ਦਾ ਤਾਂ ਬਹੁਤ ਧਿਆਨ ਰੱਖਣਾ ਪੈਂਦਾ ਜੀ, ਪਬਲਿਕ ਫਿਗਰ ਨੂੰ ਤਾਂ ਬਾਹਰ ਖਾਣ ਪੀਣ ਵੇਲੇ ਵੀ ਧਿਆਨ ਰੱਖਣਾ। ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ ਜੀ ਕਾਲ ਕਰਨ ਵਾਸਤੇ, ਮੈਨੂੰ ਲੱਗਦਾ ਕਾਲ। ਹੈਲੋ
ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਲੋ ਜੀ, ਆਪਸ ਵਿੱਚ ਹੀ ਚੱਲ ਰਹੀ ਹੈ ਡਿਸਕਸ਼ਨ ਘਰ ਦੇ ਵਿੱਚ, ਅਤੇ ਫੋਨ ਦੇ ਵਿੱਚ ਵੈਸੇ ਸਾਰਿਆਂ ਨੂੰ ਮੈਂ ਸੁਣਾ ਸਕਦਾ ਸੀ ਹੋਰ ਵੀ, ਪਰ ਗਾਹ ਕਈ ਵਾਰੀ ਘਰ ਦੀਆਂ ਗੱਲਾਂ ਹੋਰ ਸ਼ੁਰੂ ਹੋ ਜਾਂਦੀਆਂ, ਪੰਗਾ ਪੈ ਜਾਂਦਾ। ਧਿਆਨ ਫੋਨ ਵੱਲ ਰੱਖਿਆ ਕਰੋ। ਵੈਸੇ ਉਹ ਗੱਲ ਇਹੀ ਕਰ ਰਹੇ ਸੀਗੇ ਜੋ ਲੇਡੀਜ਼ ਨਾਲ ਭੈਣ ਜੀ ਗੱਲ ਕਰ ਰਹੇ ਹੋਣੇ ਕਿ ਬੁੱਢਾ ਹੋ ਗਿਆ ਹੁਣ। ਖੈਰ, ਪਲੱਸ ਪੁਆਇੰਟ ਇੱਕ ਜਿਹੜਾ ਸਭ ਤੋਂ ਵੱਡਾ, ਇਸ ਉਮਰ ਦੇ ਵਿੱਚ ਵੀ 3 ਘੰਟੇ ਪਰਫੋਰਮ ਕਰਨ ਵੇਲੇ ਨਜ਼ਾਰੇ ਲਿਆਉਂਦਾ ਬਾਬਾ, ਐਸੀ ਗੱਲ ਨਹੀਂ। ਚਲੋ, ਮਾੜਾ ਟਾਈਮ ਚੰਗਾ ਟਾਈਮ ਚੱਲ ਰਹਿੰਦਾ ਹੁੰਦਾ। ਹੈਲੋ ਹੈਲੋ, ਹਾਂਜੀ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਵੀਰੇ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ। ਆਪਾਂ ਨਾ ਸਿੰਘ ਇੱਥੋਂ ਹੀ ਸ਼ੁਰੂ ਕਰਨਾ ਲਿਆਉਣਾ, ਜੱਗੀ ਕਹਿਣਾ ਬੰਦ ਕਰਨਾ ਕਹਾਉਣਾ। ਹਾਂਜੀ ਹਾਂਜੀ ਭਾਜੀ, ਬਹੁਤ ਵਧੀਆ ਗੱਲ ਕੀਤੀ ਤੁਸੀਂ, ਜਿਹੜਾ ਸਿੰਘ ਤੇ ਕੌਰ ਦਾ ਜ਼ਿਕਰ ਕਰ ਰਹੇ ਨਾ, ਬੇਸਿਕਲੀ ਤੁਸੀਂ ਸਿੰਘ ਦਾ ਹੀ ਕੀਤਾ, ਜੇ ਕੌਰ ਦਾ ਵੀ ਕਰਦੇ ਤਾਂ ਬਹੁਤ ਵਧੀਆ ਲੱਗਦਾ। ਕੱਲ ਕਰਾਂਗੇ ਜੀ, ਕੱਲ ਬਕਾਇਦਾ, ਕੱਲ ਬਕਾਇਦਾ ਅਸੀਂ, ਕਿਉਂਕਿ ਇਹ ਸਾਨੂੰ ਗੁਰੂਆਂ ਤੋਂ ਮਿਲਣ ਵਾਲੀਆਂ ਚੀਜ਼ਾਂ ਆ, ਇਹ ਇਹਨਾਂ ਨੂੰ ਅਸੀਂ ਹਟਾ ਰਹੇ ਹਾਂ। ਜੇ ਮੈਂ ਤੁਹਾਨੂੰ ਦੱਸਣ ਲੱਗ ਜਾਣਾ, ਮੇਰੇ ਨਾਲ ਕਈ ਆਪਣੇ ਪੰਜਾਬੀ ਬੰਦੇ ਕੰਮ ਕਰਦੇ ਸੀ, ਅਨਾਉਂਸ ਕਰਨਾ ਬੰਦ ਕਰੂੰਗਾ। ਜਗਤਾਰ ਸਿੰਘ ਹੀ ਬੋਲਿਆ ਕਰੂ। ਸਹੀ ਗੱਲ ਹੈ, ਤਿੰਨ ਚਾਰ ਮੂਹਰਲੇ ਅੱਖਰ ਹੀ ਲਾਉਂਦੇ ਆ। ਮੈਂ ਕਹਿੰਦਾ ਪਿਛਲਿਆਂ ਨੂੰ ਕੀ ਹੋ ਗਿਆ ਤੁਹਾਨੂੰ? ਗੁਰਦਾਸ ਮਾਨ ਬਾਰੇ ਤੁਹਾਨੂੰ ਮਾੜਾ ਜਿਹਾ ਕਹਿਣਾ ਸੀਗਾ, ਕਿਉਂਕਿ ਕਹਿੰਦੇ ਤਾਸ਼ ਦਾ ਇੱਕ ਹੈ ਤੇ ਜ਼ਿੰਦਗੀ ਦੇ ਵਿੱਚ ਸਿੱਕਾ, ਜਦੋਂ ਚੱਲਦਾ ਤੇ ਦੁਨੀਆਂ ਸਲਾਮਾਂ ਕਰਦੀ ਹੈ। ਤਾਸ਼ ਦਾ ਇੱਕ ਹੈ ਤੇ ਜ਼ਿੰਦਗੀ ਦਾ ਸਿੱਕਾ, ਜ਼ਿੰਦਗੀ ਦਾ ਸਿੱਕਾ ਜਦੋਂ ਚੱਲ, ਹਾਂਜੀ ਜਦੋਂ ਚੱਲਦਾ ਹੈ ਨਾ ਤੇ ਦੁਨੀਆਂ ਸਲਾਮਾਂ ਕਰਦੀ ਹੈ, ਪਰ ਉਹੀ ਪੱਤਾ ਜਦੋਂ ਮੋਢਾ ਵੱਜਦਾ ਨਾ ਤੇ ਦੁਨੀਆਂ ਥੂ ਥੂ ਹੀ ਕਰਦੀ ਹੈ। ਕੀ ਬਾਤ ਹੈ! ਇਹੀ ਜਿਹੜੀ ਤੁਸੀਂ ਗੱਲ ਕਹੀ ਸੀ ਨਾ ਕਿ ਜੇ ਸ਼ਬਦ ਆ ਜਿਹੜਾ ਬੰਦਾ ਤੋਲ ਕੇ ਚੁਣ ਕੇ ਤੇ ਫਿਰ ਬੋਲੇ ਤਾਂ ਬਹੁਤ ਵਧੀਆ ਲੱਗਦਾ। ਬਿਲਕੁਲ ਜੀ ਬਿਲਕੁਲ, ਬਹੁਤ ਮਿਹਰਬਾਨੀ ਜੀ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਧੰਨਵਾਦ। ਬ੍ਰੇਕ ਲੈਣੀ ਪੈਗੀ, ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਜੇ ਇੱਕ ਅੱਧੀ ਕਾਲ ਲੈ ਹੋਈ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ। ਜੀ, ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੋ ਚੁੱਕਾ ਔਰ ਕਾਲਾਂ ਜਿਹੜੀਆਂ ਹੈਗੀਆਂ ਮੈਂ ਸਾਰਿਆਂ ਕੋਲੋਂ ਹੱਥ ਬੰਨ ਕੇ ਮੁਆਫੀ ਚਾਹੁੰਦਾ। ਕੱਲ੍ਹ ਨੂੰ ਆਪਾਂ ਇਹਦੇ ਨੇੜੇ ਤੇੜੇ ਵਿਸ਼ਾ ਰੱਖਾਂਗੇ ਥੋੜ੍ਹੇ ਜਿਹਾ, ਤਾਂ ਕਿ ਖੁੱਲ੍ਹ ਕੇ ਗੱਲਬਾਤ ਹੋ ਸਕੇ, ਕਿਉਂਕਿ ਹੁਣ ਬਹੁਤ ਸਾਰੀਆਂ ਕਾਲਾਂ 510 ਏਰੀਆ ਕੋਡ ਤੋਂ 360 960 647 ਹੈਗਾ ਜੀ, 661 ਹੈ ਅਤੇ 905 ਏਰੀਆ ਕੋਡ ਤੋਂ ਕਾਫੀ ਸਾਰੀਆਂ ਕਾਲਾਂ ਜਿਹੜੀਆਂ ਹਜੇ ਹੋਲਡ ਪਈਆਂ। ਹੁਣ ਮੈਂ ਕਾਲਾਂ ਬੇਨਤੀ ਕਰਦਾ ਹੱਥ ਬੰਨ ਕੇ ਵੀ ਕਾਲਾਂ ਕੱਢ ਦਿੱਤੇ, ਅਤੇ ਕੱਲ੍ਹ ਨੂੰ ਆਪਾਂ ਕੋਸ਼ਿਸ਼ ਕਰਾਂਗੇ ਇਹਦੇ ਨੇੜੇ ਤੇੜੇ ਵਿਸ਼ਾ ਰਹੇ। ਨੇੜੇ ਤੇੜੇ ਤੋਂ ਭਾਵ ਇਹ ਵੀ ਜੇ ਅਸੀਂ ਸਿੰਘ ਵਰਸਿਸ ਕੌਰ ਦੀ ਗੱਲ ਕੀਤੀ ਅੱਜ, ਉਹਨੂੰ ਅਸੀਂ ਸ਼ਾਇਦ ਤਾਂ ਕੱਲ੍ਹ ਨੂੰ ਆਪਾਂ ਕੰਟੀਨਿਊ ਕਰ ਲਈਏ, ਜੇ ਕੋਈ ਹੋਰ ਤੜਕਦਾ ਫੜਕਦਾ ਕਰੰਟ ਵਿਸ਼ਾ ਹੋ ਗਿਆ। ਵੈਸੇ ਜਿਹੜੇ ਟੀਵੀਆਂ ਵਾਲੇ ਤਾਂ ਇਹੋ ਜਿਹਾ ਤੜਕਦਾ ਫੜਕਦੇ ਲੱਭਦੇ ਹੁੰਦੇ ਆ, ਪਰ ਆਪਾਂ ਜਿਹੜੀ ਕੋਸ਼ਿਸ਼ ਕਰੀ ਦੀ ਹੈ ਕਿ ਸੰਜੀਦਾ ਗੱਲਬਾਤ ਵੀ ਨਾਲ ਨਾਲ ਕਰੀਏ, ਸ਼ੁਗਲ ਮੇਲਾ ਵੀ ਬਥੇਰਾ ਕਰੀਦਾ ਪਰ ਸੰਜੀਦਾ ਗੱਲ ਵੀ ਨਾਲ ਕਰੀਏ। ਸੋ ਪੰਜਾਬੀ ਦੀ ਗੱਲ ਜਿਹੜੀ ਹੈ ਪੰਜਾਬੀਆਂ ਵਿੱਚ ਕਰੀ ਦੀ ਹੈ ਅਤੇ ਪੰਜਾਬੀ ਦੇ ਵਿੱਚ ਬੋਲੀ ਦਾ ਸਾਰਾ ਕੁਝ ਕਰੀਦਾ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਵਧੀਆ ਲੱਗਿਆ ਹੋਊਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈਗੇ ਆ, ਜਾਂ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362, ਉਹਦੇ 'ਤੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਰਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ।